ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸ ਟਿਊਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਕਲਾਸ 8 ਦਾ ਪੰਜਾਬੀ ਦਾ ਐਗਜ਼ਾਮ ਦੇ ਬਾਰੇ, ਇੰਪੋਰਟੈਂਟ ਪੈਰਾਗ੍ਰਾਫ, ਇੰਪੋਰਟੈਂਟ ਐਸੇ ਲੈਟਰ, ਜੋ ਵੀ ਤੁਹਾਡੇ ਐਗਜ਼ਾਮ ਦੇ ਵਿੱਚ ਆਉਣਾ ਹੈ ਉਸ ਦੇ ਰਿਲੇਟਡ ਸਭ ਇੰਪੋਰਟੈਂਟ ਟੌਪਿਕ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਜਿਨ੍ਹਾਂ ਸਟੂਡੈਂਟ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਸਬਸਕ੍ਰਾਈਬ ਕਰ ਲਓ, ਕਿਉਂਕਿ ਜੈਸ ਟਿਊਟਰ ਚੈਨਲ ਪੰਜਾਬ ਦਾ ਇੱਕ ਪਹਿਲਾ ਚੈਨਲ ਹੈ ਜੋ ਸਟੂਡੈਂਟ ਨੂੰ ਤੁਹਾਡੇ ਬੋਰਡ ਦੇ ਐਗਜ਼ਾਮ ਦੀ ਤਿਆਰੀ ਹਰ ਰੋਜ਼ ਸ਼ਾਮ ਨੂੰ 7 ਤੋਂ 8 ਵਜੇ ਤੱਕ ਲਾਈਵ ਵੀ ਕਰਵਾਈ ਜਾਂਦੀ ਹੈ। ਸੋ ਇਸ ਕਰਕੇ ਫਿਰ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ। ਚਲੋ ਜੀ ਫਿਰ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਪੰਜਾਬੀ ਪੰਜਾਬੀ ਦੇ ਐਗਜ਼ਾਮ ਦੇ ਵਿੱਚ ਤੁਹਾਨੂੰ ਚਾਹੇ ਕੋਈ ਪੈਰਾਗ੍ਰਾਫ ਆ ਜਾਵੇ, ਚਾਹੇ ਕੋਈ ਕਵਿਤਾ ਦੇ ਵਿੱਚੋਂ ਕੁਝ ਪੈਰਾਗ੍ਰਾਫ ਦੇ ਕੁਐਸਚਨ ਪੁੱਛਣੇ ਆ ਜਾਣ ਜਾਂ ਕੋਈ ਕੁਐਸਚਨ ਆਨਸਰ ਜਿਹੜੇ ਆਣੇ ਨੇ ਉਹ ਵੀ ਆਣਗੇ ਤੁਹਾਨੂੰ, ਪਰ ਉਹਨਾਂ ਦੀ ਤਿਆਰੀ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਚੀਜ਼ ਪਤਾ ਹੋਣੀ ਬਹੁਤ ਜ਼ਰੂਰੀ ਆ ਕਿ ਆਪਣੇ ਜਿਹੜੇ ਲੈਸਨ ਨੇ ਉਹਨਾਂ ਦੇ ਲੇਖਕ ਕੌਣ ਨੇ। ਸਭ ਤੋਂ ਪਹਿਲਾ ਲੈਸਨ ਆਪਣੇ ਕੋਲ ਜੈ ਭਾਰਤ ਮਾਤਾ, ਲੇਖਕ ਸ਼ਿਵ ਕੁਮਾਰ ਬਟਾਲਵੀ, ਪੇਮੀ ਦੇ ਨਿਆਣੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਚਿੰਜ ਚਰਾਹਾਂ ਦੀ ਅਮਰੀਕ ਸਿੰਘ ਦਿਆਲ, ਸ਼੍ਰੀ ਗੁਰੂ ਅਰਜਨ ਦੇਵ ਜੀ, ਡਾਕਟਰ ਹਰਿੰਦਰ ਕੌਰ, ਉੱਤਮ ਕਰੀ ਜ਼ਰੂਰ, ਬਲਦੇਵ ਧਾਲੀਵਾਲ, ਦਲੇਰੀ ਦਰਸ਼ਨ ਸਿੰਘ ਆਸ਼ਟ, ਰੂਪਨਗਰ ਡਾਕਟਰ ਕਰਨੈਲ ਸਿੰਘ ਸੋਮਲ, ਬਾਬਾ ਫਰੀਦ, ਪ੍ਰੋਫੈਸਰ ਪਿਆਰਾ ਸਿੰਘ ਪਦਮ, ਪੰਜਾਬ ਧਨੀ ਰਾਮ ਚਾਤ੍ਰਿਕ, ਹਰਿਆਵਲ ਦੇ ਬੀਜ ਕਰਨਲ ਜਸਬੀਰ ਭੁੱਲਰ, ਪੰਜਾਬੀ ਲੋਕ ਨਾਚ ਗਿੱਧਾ ਸੁਖਦੇਵ ਮਾਧਪੁਰੀ, ਪੰਜਾਬ ਦਾ ਸੁਪਨ ਸਾਜ ਡਾਕਟਰ ਮਹਿੰਦਰ ਸਿੰਘ ਰੰਧਾਵਾ, ਜਨ ਕਰਾਜ ਸਿੰਘ ਧਰਤੀ, ਕੁਲਦੀਪ ਸਿੰਘ, ਸਾਂਝੀ ਮਾਂ ਗੁਲਜਾਰ ਸਿੰਘ ਸੰਧੂ, ਰਵਿੰਦਰ ਨਾਥ ਟੈਗੋਰ, ਰਵਿੰਦਰ ਕੌਰ, ਗੁਲਾਬ ਦੀ ਫਸਲ, ਹਰਭਜਨ ਸਿੰਘ ਹੁੰਦੜ, ਲੋਹੜੀ ਡਾਕਟਰ ਹਨੇਰ ਸਿੰਘ ਕਲੇਰ, ਹਾਕੀ ਦਾ ਜਾਦੂਗਰ ਧਿਆਨ ਚੰਦ, ਪ੍ਰੋਫੈਸਰ ਸੁਰਜੀਤ ਸਿੰਘ ਮਾਨ, ਅਮੜੀ ਦਾ ਵਿਹੜਾ ਅੰਮ੍ਰਿਤਾ ਪ੍ਰੀਤਮ, ਛੱਲੀਆਂ ਦੇ ਰਾਖੇ ਡਾਕਟਰ ਗੁਰਮੀਤ ਸਿੰਘ ਬੈਦਵਾਨ, ਗਿਆਨ ਵਿਗਿਆਨ ਤੇ ਮਨੋਰੰਜਨ ਦਾ ਅਨੋਖਾ ਸੰਗਮ ਸਾਇੰਸ ਸਿਟੀ ਅਸ਼ਨੀ ਕੁਮਾਰ, ਸ਼ਿਵ ਸਿੰਘ, ਮਲਕੀਤ ਸਿੰਘ ਆਰਟਿਸਟ ਪਿੰਡ ਦੀ ਘੁਲਾੜੀ, ਮਨਮੋਹਨ ਸਿੰਘ ਦਾਊ ਭੂਆ, ਨਾਨਕ ਸਿੰਘ ਰੱਬ ਦੀ ਪੌੜੀ, ਬਲਵੰਤ ਗਾਰਗੀ। ਸਟਾਰਟ ਕਰਦੇ ਹਾਂ ਜੀ ਫਿਰ ਅੱਜ ਦੇ ਇੰਪੋਰਟੈਂਟ ਪੈਰਾਗ੍ਰਾਫ ਤੋਂ। ਭਾਰਤ ਦੀ ਤਰੱਕੀ ਵਾਸਤੇ ਸਮਾਜ ਦੇ ਹਰ ਪ੍ਰਾਣੀ ਵਿੱਚ ਵਿਗਿਆਨਿਕ ਸੋਚ ਦਾ ਹੋਣਾ ਅੱਜ ਜ਼ਰੂਰੀ ਹੈ। ਇਹਦੇ 'ਚ ਆਪਾਂ ਕੁਸ਼ਚਨ ਆਂਸਰ ਦੇਖਣੇ ਆ। ਸਭ ਤੋਂ ਪਹਿਲਾ ਕੁਸ਼ਚਨ ਕੀ ਆਪਣੇ ਕੋਲ, ਸਾਇੰਸ ਸਿਟੀ ਕਿੱਥੇ ਸਥਿਤ ਹੈ? ਜਲੰਧਰ ਕਪੂਰਥਲਾ ਸੜਕ ਤੇ, ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਿੰਨੇ ਏਕੜ ਵਿੱਚ ਬਣੀ ਹੋਈ ਹੈ? 72-72 ਸਾਇੰਸ ਸਿਟੀ ਦਾ ਨੀਂਹ ਪੱਥਰ ਕਦੋਂ ਰੱਖਿਆ ਗਿਆ? ਕੋਮਲ ਸਿੰਘ ਬਰੁੰਡੇ ਭੈਣ ਜੀ, ਸਾਇੰਸ ਸਿਟੀ ਦਾ ਨੀਂਹ ਪੱਥਰ ਕਿਸਨੇ ਰੱਖਿਆ? ਸ਼੍ਰੀ ਇੰਦਰ ਕੁਮਾਰ ਗੁਜਰਾਲ ਨੇ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨੂੰ ਆਮ ਲੋਕਾਂ ਲਈ ਕਦੋਂ ਖੋਲ੍ਹਿਆ ਗਿਆ? 19 ਮਾਰਚ 2005। ਨੈਕਸਟ ਪਹਿਲਾ ਆਪਣੇ ਕੋਲ, 1 ਅਕਤੂਬਰ 1929 ਈਸਵੀ ਨੂੰ ਪਹਿਲਾ ਟਰੱਕ ਇਸ ਥਾਂ ਦਾਖਲ ਹੋਇਆ ਤਾਂ ਜੋ ਇਸ ਥਾਂ ਤੇ ਬਣੇ ਹੋਟਲ ਨੂੰ ਢਾਇਆ ਜਾਵੇ। ਸੋ ਇਹਦੇ 'ਚ ਕੁਸ਼ਚਨ ਆਂਸਰ ਨੇ ਜੀ, ਪਹਿਲਾ ਕੁਸ਼ਚਨ ਹੈ ਇਸ ਥਾਂ ਪਹਿਲਾ ਟਰੱਕ ਕਦੋਂ ਦਾਖਲ ਹੋਇਆ? 1 ਅਕਤੂਬਰ 1929 ਈਸਵੀ ਨੂੰ। ਨੈਕਸਟ ਹੈ ਜੀ, ਕਿੰਨੇ ਸਮੇਂ ਵਿੱਚ ਵਿਚਿੱਤਰ ਮਹਿਲ ਬਣ ਕੇ ਤਿਆਰ ਹੋ ਗਿਆ? 2.5 ਸਾਲ ਵਿੱਚ। ਹਰ ਹਫ਼ਤੇ ਡੈਸ਼ ਮੰਜ਼ਿਲਾਂ ਤਿਆਰ ਹੋ ਗਈਆਂ? 4.5। ਜਦੋਂ ਕੰਮ ਜ਼ੋਰਾਂ ਤੇ ਹੁੰਦਾ ਸੀ ਤਾਂ 1 ਦਿਨ ਵਿੱਚ ਹੀ ਡੈਸ਼ ਮੰਜ਼ਿਲ ਉਤਰ ਜਾਂਦੀ? 1.5। ਜਦੋਂ ਉਸਾਰੀ ਦਾ ਕੰਮ ਸ਼ੁਰੂ ਹੋਇਆ ਕਿੰਨੇ ਫੁੱਟ ਡੂੰਘੀ ਨੀਂਹ ਖੋਦੀ ਗਈ? 55 ਫੁੱਟ। ਨੈਕਸਟ ਪਹਿਲਾ ਜੀ ਆਪਣੇ ਕੋਲ, ਖੁੱਲ੍ਹੇ ਡੁੱਲੇ ਸੁਭਾਅ ਦੇ ਮਾਲਕ ਪੰਜਾਬੀ ਮੁੱਢ ਤੋਂ ਹੀ ਮੇਲਿਆਂ ਦੇ ਬੜੇ ਸ਼ੌਕੀਨ ਰਹੇ ਹਨ। ਫਸਟ ਕੁਸ਼ਚਨ ਆਪਣੇ ਕੋਲ, ਪਹਿਰਾ ਕਿਹੜੇ ਪਾਠ ਚੋਂ ਲਿਆ ਗਿਆ? ਦੇਖੋ ਮੈਂ ਤੁਹਾਨੂੰ ਸਟਾਰਟਿੰਗ 'ਚ ਪਹਿਲਾਂ ਹੀ ਕਿਹਾ ਸੀਗਾ, ਚਾਹੇ ਤੁਹਾਨੂੰ ਪੈਰਾਗ੍ਰਾਫ ਆਵੇ ਜਾਂ ਕਵਿਤਾ ਵਿੱਚੋਂ ਲੱਭਣੇ ਆ ਜਾਣ ਤਾਂ ਇਹ ਕੁਸ਼ਚਨ ਹਮੇਸ਼ਾ ਨੋਰਮਲੀ ਪੁੱਛ ਲਿਆ ਜਾਂਦਾ ਹੈ ਕਿ ਪੈਰਾ ਕਿੱਥੋਂ ਲਿਆ ਗਿਆ ਤੇ ਕਿਹੜੇ ਲੇਖਕ ਦਾ ਨਾਮ ਵੀ ਪੁੱਛ ਲਿਆ ਜਾਂਦਾ। ਸੋ ਇਸ ਕਰਕੇ ਤੁਸੀਂ ਉਹਨਾਂ ਨੂੰ ਪਹਿਲਾਂ ਯਾਦ ਕਰਨਾ ਬਹੁਤ ਜ਼ਰੂਰੀ ਹੈ। ਆਂਸਰ ਹੈ ਜੀ ਇਹਦਾ ਛਿੰਝ ਚਰਾਹਾਂ ਦੀ। ਨੈਕਸਟ ਹੈ ਜੀ ਆਪਣੇ ਕੋਲ, ਰੋਸ਼ਨੀ ਦਾ ਮੇਲਾ ਕਿੱਥੇ ਲੱਗਦਾ ਹੈ? ਦੇਖੋ ਇਹਦੇ ਪਹਿਲੇ 'ਚ ਲਿਖਿਆ ਜਗਰਾਵਾਂ ਦੀ ਰੋਸ਼ਨੀ ਵਰਗੇ ਵੱਡੇ ਮੇਲੇ, ਆਂਸਰ ਹੈ ਜੀ ਇਸਦਾ ਜਗਰਾਵਾਂ ਦੇ ਵਿੱਚ। ਪੰਜਾਬੀ ਕਿਹੋ ਜਿਹੇ ਸੁਭਾਅ ਦੇ ਮਾਲਕ ਹਨ? ਪਹਿਲੀ ਲਾਈਨ 'ਚ ਲਿਖਿਆ ਦੇਖੋ ਖੁੱਲੇ ਡੁੱਲੇ ਸੁਭਾਅ ਦੇ ਮਾਲਕ, ਆਂਸਰ ਹੈ ਜੀ ਇਹਦਾ ਖੁੱਲੇ ਡੁੱਲੇ। ਨੈਕਸਟ ਹੈ ਜੀ ਆਪਣੇ ਕੋਲ, ਛਿੰਝ ਚਰਾਹਾਂ ਦਾ ਮੇਲਾ ਕਿੰਨੇ ਦਿਨ ਲੱਗਦਾ ਹੈ? ਆਂਸਰ ਹੈ ਜੀ ਇਹਦਾ 4 ਦਿਨ। ਕੌਣ ਪਹਿਲੇ ਦਿਨ ਤੋਂ ਹੀ ਮੇਲਿਆਂ ਦੇ ਬੜੇ ਸ਼ੌਕੀਨ ਰਹੇ ਹਨ? ਆਂਸਰ ਹੈ ਜੀ ਇਹਦਾ ਪੰਜਾਬੀ। ਨੈਕਸਟ ਇੰਪੋਰਟੈਂਟ ਪੈਣਾ, ਇਸ ਝੜੀ ਦੌਰਾਨ 1 ਦਿਨ ਸਵੇਰ ਤੋਂ ਹੀ ਮੀਂਹ ਰੁਕਣ ਦਾ ਨਾਂ ਨਹੀਂ ਸੀ ਲੈ ਰਿਹਾ। ਪਹਿਲਾ ਕੁਸ਼ਚਨ ਆ ਦੇਖੋ, ਇਹਦੇ ਵਿੱਚ ਉਪਰੋਕਤ ਪੈਰਾ ਜਿਸ ਪਾਠ ਚੋਂ ਲਿਆ ਗਿਆ ਉਸ ਲੇਖਕ ਦਾ ਨਾਂ ਕੀ ਆ? ਝੜੀ ਵਾਲਾ ਪਾਠ ਤੁਹਾਨੂੰ ਯਾਦ ਹੋਣਾ ਚਾਹੀਦਾ। ਆਂਸਰ ਹੈ ਜੀ ਲੇਖਕ ਦਾ ਡਾਕਟਰ ਗੁਰਮੀਤ ਸਿੰਘ ਬੈਦਵਾਨ। ਨੈਕਸਟ, ਪੰਛੀ ਕਿਸ ਕਾਰਨ ਅੰਨੇ ਹੋਏ ਡਿੱਗ ਰਹੇ ਸਨ? ਭੁੱਖ ਕਾਰਨ। ਕੌਣ ਗੋਪੀਆਂ ਘੁਮਾਉਂਦਾ ਹੋਇਆ ਹੜਾਤ ਹੜਾਤ ਕਰਦਾ ਪੰਛੀਆਂ ਨੂੰ ਖੇਤਾਂ 'ਚ ਭਜਾ ਰਿਹਾ ਸੀ? ਤਾਇਆ। ਕਿਸ ਨੇ ਆਪਣੇ ਭਤੀਜੇ ਨੂੰ ਕਿਹਾ ਕਿ ਜਾ ਘਰ ਤੋਂ ਚਾਹ ਬਣਵਾ ਲਿਆ? ਤਾਏ ਨੇ। ਉਪਰੋਕਤ ਪੈਰੇ ਵਿੱਚ ਚਾਹ ਨਾਲ ਕੀ ਖਾਣ ਦੀ ਗੱਲ ਕੀਤੀ ਗਈ ਹੈ? ਗੁਲਗੁਲੇ। ਨੈਕਸਟ ਪੈਰਾਗ੍ਰਾਫ ਆ ਜੀ ਆਪਣੇ ਕੋਲ, ਸੋਮਵਾਰ ਦਾ ਦਿਨ ਆ ਗਿਆ ਹੈ, ਬਲਜੀਤ ਬਹੁਤ ਖੁਸ਼ ਸੀ। ਪਹਿਲਾ ਕੁਸ਼ਚਨ ਹੈ ਜੀ ਇਹਦੇ ਵਿੱਚ, ਇਹ ਪੈਰਾ ਕਿਹੜੇ ਪਾਠ ਚੋਂ ਲਿਆ ਗਿਆ? ਤਾਂ ਆਂਸਰ ਹੈ ਜੀ ਇਹਦਾ ਦਲੇਰੀ। ਵਿਦਿਆਰਥੀ ਕਿਸ ਬੱਸ ਵਿੱਚ ਬੈਠੇ ਸਨ? ਮਿੰਨੀ ਬੱਸ 'ਚ ਬੈਠੇ ਸਨ। ਵਿਦਿਆਰਥੀਆਂ ਨੇ ਭਰੀ ਬੱਸ ਕਿੱਥੇ ਜਾਣ ਲਈ ਚੱਲ ਪਈ? ਚੰਡੀਗੜ੍ਹ। ਚਿੜੀਆਘਰ ਨੂੰ ਦੇਖਦਿਆਂ ਕਿੰਨੇ ਘੰਟੇ ਲੱਗ ਗਏ? 2-2.5 ਘੰਟੇ। ਵਿਦਿਆਰਥੀਆਂ ਨੇ ਚੰਡੀਗੜ੍ਹ 'ਚ ਕੀ ਦੇਖਿਆ? ਉਪਰੋਕਤ ਸਾਰੇ, ਰੋਜ਼ ਗਾਰਡਨ ਵੀ, ਜੈਬ ਘਰ ਵੀ ਐਂਡ ਰੌਕ ਗਾਰਡਨ ਵੀ। ਨੈਕਸਟ ਪੈਰਾ ਜੀ ਆਪਣਾ, ਰੂਪਨਗਰ ਦਾ ਪਹਿਲਾ ਨਾਂ ਰੋਪੜ ਸੀ। ਫਸਟ ਕੁਸ਼ਚਨ ਹੈ 'ਚ ਇਹ ਪੈਰਾ ਕਿਹੜੇ ਲੇਖ ਵਿੱਚੋਂ ਲਿਆ ਗਿਆ ਹੈ? ਰੂਪਨਗਰ।
ਰੂਪਨਗਰ ਦਾ ਪਹਿਲਾ ਨਾਂ ਕੀ ਸੀ? ਰੋਪੜ। ਇੱਧਰ ਕਿਹੜਾ ਦਰਿਆ ਰੂਪਨਗਰ ਕੋਲੋਂ ਵਹਿੰਦਾ? ਸਤਲੁਜ। ਹੈੱਡਵਰਕਸ ਕਿੱਥੇ ਬਣਾਇਆ ਗਿਆ? ਸਤਲੁਜ ਤੇ। ਰੂਪਨਗਰ ਸ਼ਹਿਰ ਕਿਹੜੀਆਂ ਪਹਾੜੀਆਂ ਦੇ ਪੈਰਾਂ 'ਚ ਵਸਿਆ ਹੋਇਆ? ਸ਼ਿਵਾਲਿਕ। ਨੈਕਸਟ ਟਾਈਮ ਨੂੰ ਆਊਗਾ ਜੀ ਕਵਿਤਾ ਦੇ ਵਿੱਚੋਂ ਇੰਪੋਰਟੈਂਟ ਪੈਰਾਗ੍ਰਾਫ ਤੇ ਉਸਦੀ ਤੁਸੀਂ ਪ੍ਰਸੰਗ ਸਾਹਿਤ ਦੀ ਵਿਆਖਿਆ ਵੀ ਕਰਨੀ ਹੈ। ਪਹਿਲਾ ਪੈਰਾ ਆਪਣੇ ਕੋਲ ਇੰਪੋਰਟੈਂਟ ਭਗਤ ਸਿੰਘ ਜਿਹੇ ਪੁੱਤਰ ਤੇਰੇ। ਇਹ ਪੈਰਾ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਕਿਹੜੇ ਪਾਠ ਵਿੱਚ ਹੈ? ਜੈ ਭਾਰਤ ਮਾਤਾ। ਸੋ ਇਹਨੂੰ ਸਟਾਰਟ ਕਰਨ ਤੋਂ ਪਹਿਲਾਂ ਦੇਖੋ ਇੱਥੇ ਲੈਣ ਨਹੀਂ ਲਿਖੀ ਪਰ ਤੁਸੀਂ ਹਮੇਸ਼ਾ ਲਿਖਣੀ ਹੈ ਕਿ ਇਹ ਪੈਰਾ ਜੈ ਭਾਰਤ ਮਾਤਾ ਕਵਿਤਾ ਵਿੱਚੋਂ ਲਿਆ ਗਿਆ ਹੈ। ਜੇ ਤੁਹਾਨੂੰ ਲੇਖਕ ਦਾ ਨਾਮ ਯਾਦ ਹੈ ਤਾਂ ਤੁਸੀਂ ਉਹ ਵੀ ਲਿਖ ਸਕਦੇ ਹੋ। ਤੇ ਇਸ ਦੇ ਲੇਖਕ ਦਾ ਨਾਮ ਸ਼ਿਵ ਕੁਮਾਰ ਬਟਾਲਵੀ ਹੈ। ਇਹ ਲਾਈਨ ਤੁਸੀਂ ਹਮੇਸ਼ਾ ਪੈਰੇ ਦੇ ਵਿੱਚ ਲਿਖਣੀ ਲਿਖਣੀ ਹੈ। ਫਿਰ ਤੁਸੀਂ ਇੱਥੇ ਭਾਵਾਰ ਸ਼ੁਰੂ ਕਰਨਾ ਹੈ ਕਿ ਇਸਦੇ ਵਿੱਚ ਕਵੀ ਕਹਿੰਦਾ ਹੈ ਕਿ ਭਗਤ ਸਿੰਘ, ਕਰਤਾਰ ਸਿੰਘ ਨੇ ਦੇਸ਼ ਦੀ ਖਾਤਰ ਕੁਰਬਾਨੀਆਂ ਦਿੱਤੀਆਂ। ਊਧਮ ਸਿੰਘ ਜਿਹੇ ਕ੍ਰਾਂਤੀਕਾਰੀ ਭਾਰਤੀ ਸਨ ਜਿਨ੍ਹਾਂ ਨੇ ਉਡਵਾਇਰ ਨੂੰ ਮਾਰ ਕੇ ਜਲ੍ਹਿਆਂ ਵਾਲੇ ਬਾਗ ਦੀ ਘਟਨਾ ਦਾ ਬਦਲਾ ਲੈ ਲਿਆ। ਨੈਕਸਟ ਹੈ ਜੀ ਆਪਣੇ ਕੋਲ ਜੇ ਕੁਝ ਲੋਚੇ ਮਨ ਵਿੱਚ ਸੱਜਣਾ ਉੱਦਮ ਕਰੀ ਜ਼ਰੂਰ, ਤਾਂ ਤੁਸੀਂ ਇਹਦੀ ਵੀ ਸਟਾਰਟਿੰਗ ਉੱਦਾਂ ਹੀ ਕਰਨੀ ਹੈ ਕਿ ਇਹ ਕਵਿਤਾ ਉੱਦਮ ਕਰੀ ਜ਼ਰੂਰ ਪਾਠ ਵਿੱਚੋਂ ਲਈ ਗਈ ਹੈ ਤੇ ਕਵੀ ਦਾ ਨਾਮ ਬਲਦੇਵ ਧਾਲੀਵਾਲ ਹੈ। ਫਿਰ ਅਸੀਂ ਲਿਖਾਂਗੇ ਅੱਗੇ, ਕਵੀ ਕਹਿੰਦਾ ਹੈ ਕਿ ਹੇ ਸੱਜਣਾ, ਜੇਕਰ ਤੂੰ ਆਪਣੇ ਮਨ ਵਿੱਚ ਕੁਝ ਚਾਹੁੰਦਾ ਹੈ ਤਾਂ ਤੈਨੂੰ ਮਿਹਨਤ ਕਰਨੀ ਚਾਹੀਦੀ ਹੈ। ਬਿਨ ਉੱਦਮ ਹੱਥ ਸੱਕਣੇ ਰਹਿਸਣ, ਕਿਉਂਕਿ ਬਿਨਾਂ ਮਿਹਨਤ ਤੋਂ ਮਨੁੱਖ ਦੇ ਹੱਥ ਸਦਾ ਖਾਲੀ ਰਹਿੰਦੇ ਹਨ ਤੇ ਮਿਹਨਤ ਕਰਨ ਨਾਲ ਉਸਦਾ ਜੀਵਨ ਖੁਸ਼ਹਾਲ ਹੋ ਜਾਂਦਾ ਹੈ। ਨੈਕਸਟ ਇੰਪੋਰਟੈਂਟ ਪੈਰਾ ਵੀ ਇਹਦੇ ਵਿੱਚੋਂ ਹੀ ਹੈ। ਜੇ ਚਾਹੇ ਪੁੱਜਣਾ ਸੱਜਣਾ, ਜੇ ਚਾਹੇ ਪੁੱਜਣਾ ਮੰਜ਼ਿਲ ਤੇ ਵਗੀ ਜਿਵੇਂ ਦਰਿਆ। ਕਵੀ ਕਹਿੰਦਾ ਹੈ ਕਿ ਜੇ ਤੂੰ ਆਪਣੇ ਟੀਚੇ ਤੇ ਪੁੱਜਣਾ ਚਾਹੁੰਦਾ ਹੈ ਤਾਂ ਤੈਨੂੰ ਦਰਿਆ ਦੀ ਤਰ੍ਹਾਂ ਅੱਗੇ ਹੀ ਅੱਗੇ ਚੱਲਣਾ ਪਵੇਗਾ। ਤੋ ਨਿਰੰਤਰ ਨਾ ਜ਼ਿੰਦਗੀ ਦਾ, ਮੌਤ ਕਦਮ ਰੁਕਿਆ। ਲਗਾਤਾਰ ਅੱਗੇ ਵੱਧਦੇ ਰਹਿਣਾ ਹੀ ਜੀਵਨ ਹੈ ਤੇ ਕਦਮਾਂ ਦਾ ਰੁਕ ਜਾਣਾ ਮੌਤ ਹੈ। ਜੇ ਕਿਧਰੇ ਹਾਰਾਂ ਤੱਕ ਤੋੜਨ ਮਨ ਹੋ ਜਾਏ ਨਿਰਾਸ਼, ਜੇ ਕਦੀ ਹਾਰਾਂ ਨਿਰਾਸ਼ ਕਰ ਦੇਣ ਤਾਂ ਜੀਵਨ ਨੂੰ ਇੱਕ ਲੰਬਾ ਸੰਘਰਸ਼ ਸਮਝ ਕੇ ਆਪਣੇ ਮਨ ਵਿੱਚ ਜਿੱਤ ਦਾ ਭਰੋਸਾ ਰੱਖਣਾ ਹੀ ਲਾਭਦਾਇਕ ਹੁੰਦਾ ਹੈ। ਨੈਕਸਟ ਹੈ ਜੀ ਆਪਣੇ ਕੋਲ, ਮੈਂ ਸੂਰਜ ਤੋਂ ਹੋਈ ਪੈਦਾ। ਇਹ ਪੈਰਾਂ ਕਿੱਥੋਂ ਲਿਆ ਗਿਆ? ਧਰਤੀ ਤੋਂ। ਕਵਿਤਾ ਧਰਤੀ, ਲੇਖਕ ਦਾ ਨਾਮ ਕੁਲਦੀਪ ਸਿੰਘ। ਇਹਦੇ ਵਿੱਚ ਕੀ ਕਹਿ ਰਿਹਾ ਕਵੀ? ਧਰਤੀ ਕਹਿੰਦੀ ਹੈ ਕਿ ਉਸਦਾ ਜਨਮ ਸੂਰਜ ਤੋਂ ਹੋਇਆ ਹੈ। ਮੈਂ ਸੂਰਜ ਤੋਂ ਹੋਈ ਪੈਦਾ, ਦੁਆਲੇ ਘੁੰਮਣਾ ਪੱਕਾ ਕਾਇਦਾ। ਉਹ ਨੇਮ ਨਾਲ ਸੂਰਜ ਦੁਆਲੇ ਘੁੰਮਦੀ ਹੈ। ਗਰਮੀ, ਮੀਂਹ, ਬਸੰਤ, ਸਿਆਲ ਆ ਕੇ ਪੁੱਛਣ ਮੇਰਾ ਹਾਲ। ਉਸ ਉੱਤੇ ਕਈ ਰੁੱਤਾਂ, ਗਰਮੀ, ਬਸੰਤ, ਵਰਖਾ ਰੁੱਤੇ ਤੇ ਸਰਦੀ ਰੁੱਤਾਂ ਆਉਂਦੀਆਂ ਹਨ। ਇਹ ਰੁੱਤਾਂ ਉਸਦੇ ਸੂਰਜ ਦੁਆਲੇ ਘੁੰਮਣ ਕਾਰਨ ਪੈਦਾ ਹੁੰਦੀਆਂ ਹਨ। ਨੈਕਸਟ ਹੈ ਜੀ ਆਪਣੇ ਕੋਲ ਇੰਪੋਰਟੈਂਟ, ਬੀਤ ਗਿਆ ਦਿਨ ਬੀਤ ਗਿਆ, ਜਿਉਂ ਕੱਤਿਆ ਤੁੰਬਿਆ ਅੰਡ ਗਿਆ। ਇਹ ਕਵਿਤਾ ਪੰਜਾਬ ਦੀ ਪ੍ਰਸਿੱਧ ਕਵਿਤਰੀ ਅਮਿਤਾ ਪ੍ਰੀਤਮ ਦੇ ਲਿਖੀ ਹੋਈ ਹੈ। ਇਸ ਵਿੱਚ ਕਵਿਤਰੀ ਨੇ ਦੱਸਿਆ ਕਿ ਕਿਵੇਂ ਮਾਂ ਦੇ ਵਿਹੜੇ ਵਿੱਚ ਦਿਨ ਬੀਤ ਗਏ। ਕਵਿਤਰੀ ਅਮ੍ਰਿਤਾ ਪ੍ਰੀਤਮ ਨੂੰ ਆਪਣੀ ਅਮੜੀ ਘਰ ਦੇ ਵਿਹੜੇ ਵਿੱਚ ਹੱਸ ਕੁੱਦ ਕੇ ਬਿਤਾਇਆ ਜੀਵਨ ਯਾਦ ਆਉਂਦਾ ਹੈ। ਇੱਕ ਰੂਹ ਦਾ ਗੋੜਾ ਜਿੱਥੇ ਸੁਪਨੇ ਕਈ ਬਣਾਏ ਸੀ। ਉਹ ਕਹਿੰਦੀ ਹੈ ਕਿ ਮੇਰਾ ਪਿਛਲਾ ਸਮਾਂ ਸੋਹਣਾ ਗੁਜ਼ਰਿਆ ਹੈ। ਉਸਨੇ ਮਾਂ ਦੇ ਵਿਹੜੇ ਵਿੱਚ ਬੈਠ ਕੇ ਰੂਹ ਪਿੰਜੀ, ਪਿੰਜੀ ਹੋਈ ਰੂਹ ਦਾ ਸੂਤ ਕੱਟਿਆ। ਉਸ ਨੇ ਆਪਣੇ ਮਨ ਵਿੱਚ ਕਈ ਤਰ੍ਹਾਂ ਦੇ ਸੋਹਣੇ ਵਿਚਾਰ ਬਣਾਏ ਹੋਏ ਸਨ। ਅੱਜ ਆਪੋ ਸੁਪਨਾ ਬਣ ਗਿਆ ਅਮੜੀ ਦਾ ਵਿਹੜਾ। ਅੱਜ ਉਹ ਦੂਰ ਬੈਠੀ ਹੈ ਤੇ ਉਸ ਲਈ ਮਾਂ ਦਾ ਵਿਹੜਾ ਇੱਕ ਸੁਪਨਾ ਹੋ ਗਿਆ। ਹੁਣ ਸੁਪਨੇ ਵਿੱਚ ਹੀ ਵਿਹੜਾ ਦਿਖਾਈ ਦਿੰਦਾ ਹੈ। ਨੈਕਸਟ ਹੈ ਜੀ ਇੰਪੋਰਟੈਂਟ ਆਪਣੇ ਕੋਲ, ਚਲਦੀ ਕੁਲਾੜੀ ਕਿੰਨੀ ਚੰਗੀ ਲੱਗਦੀ। ਇਹ ਕਿੱਥੋਂ ਲਿਆ ਗਿਆ ਜੀ? ਪਿੰਡ ਦੀ ਕੁਲਾੜੀ। ਤੇ ਲੇਖਕ ਦਾ ਨਾਮ ਕੀ ਹੈ? ਮਨਮੋਹਨ ਸਿੰਘ ਦਾਊ। ਚਲਦੀ ਕੁਲਾੜੀ ਕਿੰਨੀ ਚੰਗੀ ਲੱਗਦੀ, ਬਲਦਾਂ ਦੀ ਜੋੜੀ ਅੱਗੇ ਅੱਗੇ ਭੱਜਦੀ। ਕਵੀ ਚਲਦੀ ਕੁਲਾੜੀ ਨੂੰ ਵੇਖ ਕੇ ਕਹਿੰਦਾ ਹੈ ਕਿ ਦੇਖੋ, ਚਲਦੀ ਕੁਲਾੜੀ ਬਹੁਤ ਚੰਗੀ ਲੱਗਦੀ ਹੈ, ਬਲਦਾਂ ਦੀ ਜੋੜੀ ਤੇਜ਼ੀ ਨਾਲ ਭੱਜ ਰਹੀ ਹੈ। ਬਲਦਾਂ ਨੂੰ ਚਾਚਾ ਚਾਵਾਂ ਨਾਲ ਹੱਕਦਾ, ਵੇਲਣੇ 'ਚ ਗੰਨੇ ਦਿੰਦਾ, ਤਾਇਆ ਨਾ ਥੱਕਦਾ। ਚਾਚਾ ਬਲਦਾਂ ਨੂੰ ਚਲਾਉਂਦਾ ਹੈ ਤੇ ਤਾਇਆ ਕੁਲਾੜੀ ਦੇ ਘੋਲ ਬੈਠ ਕੇ ਕੁਲਾੜੀ ਵਿੱਚ ਗੰਨੇ ਦੇ ਰਿਹਾ। ਉਹ ਕੰਮ ਕਰਦਾ, ਥਕਾਵਟ ਮਹਿਸੂਸ ਨਹੀਂ ਕਰਦਾ। ਨੈਕਸਟ ਹੈ ਜੀ ਆਪਣੇ ਕੋਲ ਇੰਪੋਰਟੈਂਟ ਗ੍ਰਾਮਰ ਦੇ ਕੁਸ਼ਚਨ ਆਂਸਰ। ਪਹਿਲਾ ਜੀ ਆਪਣੇ ਕੋਲ, ਇਹ ਪੈਨ ਕਿਸਦਾ ਵਰਤੋਂ ਦੇ ਆਧਾਰ ਤੇ ਵਾਕ ਦੀ ਕਿਹੜੀ ਕਿਸਮ ਹੈ? ਆਂਸਰ ਇਸਦਾ ਪ੍ਰਸ਼ਨਵਾਚਕ। ਫੁੱਲ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ? ਪੁਸ਼ਪ, ਕੁਸਮ, ਸੁਮਨ ਜਾਂ ਇਹ ਸਾਰੇ ਹੀ ਨੇ ਜੀ। ਪੁਸ਼ਪ ਵੀ ਹੈ, ਸੁਮਨ ਵੀ ਹੈ, ਕੁਸਮ ਵੀ ਹੈ। ਮੁੱਠੀ ਗਰਮ ਕਰਨਾ ਮੁਹਾਵਰੇ ਦਾ ਸਹੀ ਅਰਥ ਕਿਹੜਾ ਹੈ? ਤਾਂ ਇਹਦਾ ਅਰਥ ਹੈ ਜੀ ਆਪਣੇ ਕੋਲ, ਰਿਸ਼ਵਤ ਦੇਣੀ। ਬਚਨ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਦੋ ਪ੍ਰਕਾਰ ਦੇ। ਅਧਿਆਪਕਾ ਪੜ੍ਹਾ ਰਹੀ ਹੈ, ਕਾਲ ਦੀ ਕਿਹੜੀ ਕਿਸਮ ਹੈ? ਵਰਤਮਾਨ ਕਾਲ, ਸੂਰਜ ਨਿਕਲ ਰਿਹਾ। ਇਹ ਵਾਕ ਵਰਤਮਾਨ ਕਾਲ ਦੀ ਉਦਾਹਰਣ ਹੈ, ਬਿਲਕੁਲ ਸਹੀ ਹੈ। ਸ਼ੇਰਨੀ ਜੰਗਲ 'ਚ ਫਿਰਦੀ ਹੈ, ਵਾਕ ਵਿੱਚ ਸ਼ੇਰਨੀ ਸ਼ਬਦ ਲਿੰਗ ਦੀ ਕਿਹੜੀ ਕਿਸਮ ਹੈ? ਇਸਤਰੀ ਲਿੰਗ। ਮਿੱਤਰ ਲਈ ਆੜੀ ਸ਼ਬਦ ਵੀ ਵਰਤਿਆ ਜਾਂਦਾ ਹੈ, ਸਹੀ ਹੈ ਜਾਂ ਗਲਤ ਹੈ? ਬਿਲਕੁਲ ਸਹੀ ਹੈ। ਨੈਕਸਟ ਹੈ ਜੀ ਆਪਣੇ ਕੋਲ, ਲਹੂ ਪੰਗਰ ਨਾਲ ਮੁਹਾਵਰੇ ਦਾ ਸਹੀ ਅਰਥ ਲਹੂ ਪਤਲਾ ਹੋਣਾ ਹੈ। ਇਹ ਗਲਤ ਹੈ ਜੀ, ਕਿਉਂਕਿ ਇਹਦਾ ਮਤਲਬ ਕੀ ਹੁੰਦਾ ਹੈ? ਪਿਆਰ ਜਾਗ ਪੈਣਾ। ਬਣਤਰ ਦੇ ਆਧਾਰ ਤੇ ਵਾਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ? ਤਿੰਨ ਕਿਸਮਾਂ ਹੁੰਦੀਆਂ। ਕਿਹੜੀ ਕਿਹੜੀ ਹੁੰਦੀਆਂ ਜੀ? ਸਧਾਰਨ, ਸੰਯੁਕਤ, ਮਿਸ਼ਰਤ। ਉਹ ਪੜ੍ਹ ਰਿਹਾ ਹੈ, ਵਾਕ ਨੂੰ ਪ੍ਰਸ਼ਨਵਾਚਕ ਵਾਕ ਵਿੱਚ ਬਦਲੋ। ਕੀ ਉਹ ਪੜ੍ਹ ਰਿਹਾ ਹੈ? ਪਿੱਛੇ ਕੁਸ਼ਚਨ ਮਾਰਕ ਲਾਉਣਾ ਵੀ ਇਹ ਬਹੁਤ ਜ਼ਰੂਰੀ ਹੈ। ਵਾਕ ਇੰਨਾ ਮਨਮੋਹਕ ਨਜ਼ਾਰਾ ਹੈ, ਵਾਕ ਦੀ ਕਿਸਮ ਦੱਸੋ। ਤੇ ਹੈ ਜੀ ਆਪਣੇ ਕੋਲ ਵਿਸਮੇਵਾਚਕ। ਜੋ ਲੋਕ ਸਮੇਂ ਦੀ ਕਦਰ ਨਹੀਂ ਕਰਦੇ, ਬਾਅਦ ਵਿੱਚ ਪਛਤਾਉਂਦੇ ਹਨ, ਇਸ ਅਰਥ ਨੂੰ ਪ੍ਰਗਟਾਉਂਦਾ ਮੁਹਾਵਰਾ ਲਿਖੋ। ਵੇਲੇ ਨੂੰ ਰੋਣਾ, ਜੇਬ ਕਤਰਾ, ਮੇਰੀ ਜੇਬ ਕੱਟ ਕੇ ਡੈਸ਼ ਹੋ ਗਿਆ, ਰੱਫੂ ਚੱਕਰ ਹੋ ਗਿਆ। ਇਮਾਰਤ ਸ਼ਬਦ ਦਾ ਵਚਨ ਕੀ ਹੈ? ਇੱਕ ਵਚਨ ਹੈ ਜੀ ਇਹ,
काल डैश प्रकार दे हुंदे हन। तीन प्रकार दे हुंदे ने जी, केड़े केड़े? वर्तमान, भूतमान, भविख काल। भूतकाल, भविख काल। जिस वाक विच केवल एक ही क्रिया होवे उसनू डैश वाक आख्या जांदा है, साधारण वाक। बच्चा रो रहा वाक विच उदेश दी चोण करो, उदेश है जी इहदे विच बच्चा। सानू हमेशा डैश तो कम लेना चाहिदा है, ट्रम्मे नाल। काल तो भाव की है? समा। हेठ लिखिया का मिलान करो। लड़ फड़ना का मतलब की है? आसरा लेना। परख का मतलब जांच। बाबा, बाबे, समा, काल, वचन, इकरार। क्रिया विशेषण किन्नी प्रकार दे हन? अठ प्रकार दे हुंदे ने। केड़े केड़े हुंदे ने जी? कालवाचक, स्थानवाचक, प्रकारवाचक, मिणतीवाचक, संख्यावाचक, निर्णयवाचक, कारणवाचक। लास्ट विच हुंदा अपने कोल निश्चयवाचक। नेक्स्ट, जिन्हां शब्दां तों क्रिया दे होण दे समें दा पता लगे उसनूं की कहिंदे हन? कालवाचक क्रिया विशेषण। घड़ी मुड़ी दुबारा क्रिया विशेषण दी कीहड़ी किस्म है? संख्यावाचक। जरूर शब्द क्रिया विशेषण दी किस किस्म अधीन आउंदा है? निर्णयवाचक। जिन्हां शब्दां तों क्रिया दी गिणती जां दोहराई दा पता लगे उन्हां नूं की कहा जांदा है? संख्यावाचक। जिहड़े शब्द वाक विच नाम पड़नाव जां विशेषण दा वाक दे दूसरे शब्दां नाल संबंध प्रगट करे उन्हां शब्दां नूं की कहा जांदा है? संबंधक। जिहड़े शब्द कल्ले ही संबंधक दा काम करन उन्हां नूं की कहा जांदा है? पूर्ण संबंधक। ओह थां जो शब्द दी सांझी होवे उसनूं की कहा जांदा है? शामलाट। आज्ञाकारी शब्द दा की अर्थ है? आज्ञा दा पालन करन वाला। जिहड़ा कदे ना टुटे उहदा की अर्थ है? अटुट। जिसनूं सारे प्यार करन उहदा की अर्थ है? हरमन प्यारा। जिहड़ा बोल ना सकदा होवे गूंगा। जिथे पैसे या सिक्के बनाए जांदे होण। टकसाल, जिहड़ी जमीन विच कोई फसल ना उगे। बंजर, नक ते मक्खी ना बहण देना। मुहावरे दा अर्थ की है? नखरे करना। पुठियां छाला मारना मुहावरे दा अर्थ? बहुत खुश होना। टाल मटोल करना मुहावरे दा अर्थ? बहाने बनाउणा। खून खोलना मुहावरे दा अर्थ? गुस्से होना। पैसे दा अर्थ इत्थे इन्होंने मेंशन भी नहीं किया, पर इत्थे खून खोलने दा हुंदा है जोश आ जाना। पर जे गुस्से होना आ गया तां तुसीं गुस्से होना भी टिक कर सकदे हो। जिहड़े शब्द वाक विच नाम पड़नाव जां विशेषण शब्दां दा वाक दे दूसरे शब्दां नाल संबंध प्रगट करे उन्हां नूं की कहा जांदा है? संबंधक। दा, दी, दे, कोल अते तों किहड़े शब्द हन? संबंधक। रोहित दा बैट वधिया है वाक विच किहड़ा शब्द संबंधक है? दा। बिल्ली मेज दे हेठा बैठी है वाक विच दे हेठा किस किस्म दा संबंधक है? अपूरण संबंधक। देखो दे हेठा तो इलावा दे नाल आ जावे, चाहे दे विचकार भी आ जावे, इन्हां विचों जे कुछ भी होर लिखिया होवे तां इह भी अपूरण संबंधक ही हुंदे हन। गीता दे वाल लंबे हन वाक विच दे किस किस्म दा संबंधक है? पूरण संबंधक है। जिहड़ा शब्द क्रिया दे होण दा समां, स्थान, कारण, ढंग जां तरीका दस्से। क्रिया विशेषण दीआं किन्नीआं किस्मां हन? अठ। हौली, छेती, इउं अते इस तरह शब्द क्रिया विशेषण दीआं किहड़ीआं किस्मां हन? प्रकारवाचक। प्रकारवाचक दे विच की हुंदा है? कम करन दे तरीके बारे दस्या जाता है कि किस तरह का काम हो रहा है, हौली हो रहा है, छेती हो रहा है, किस तरह का हो रहा है। जी हाँ, आहो जी, चंगा जी शब्द निर्णयवाचक क्रिया शब्द दी उदाहरण हैं। सही या गलत? बिल्कुल सही है जी। राजे ने बूहा हौली हौली खोलिया, इस वाक विच हौली हौली शब्द की है? क्रिया विशेषण। हेठ लिखिया विचों संख्यावाचक क्रिया विशेषणा दी उदाहरण केड़ियां हन? घड़ी मुड़ी, दोबारा, कई बारी, इक इक, यह सारिया केड़िया ने? संख्यावाचक ने। कुजे विच समुंदर बंद करना वाकंश की है? यह मुहावरा जी। पापड़ वेलना मुहावरे का की अर्थ है? बहुत काम करने। किसी की बुराई करने लिए केड़ा मुहावरा वरत्या जाता है? भंडी करना। पाज खुल जाना की है? ये मुहावरा जी। एदा वैसे मीनिंग की हुंदा है? भेद खुल जाना, एदा मीनिंग हुंदा है पाज खुल जाना दा। फिक्के पैना मुहावरे का की अर्थ है? घबरा जाना। सारिया की सांझी राय नूं की कहा जाता है? सर्वसम्मति। जिस शब्द का अर्थ वाक या वाकश राही स्पष्ट हुंदा है उस शब्द नूं की कहा जाता है? जिहड़ा अखबार हफ्ते विच एक बार प्रकाशित होवे उसनूं की कहा जाता है? सप्ताहिक। सलाना हुंदा साल दे विच, मासिक हुंदा महीने दे विच, ते दैनिक हुंदा एक दिन दे विच। नाटक लिखण वाले नूं की कहा जाता है? नाटककार। जो परमात्मा नूं मंदा होवे, आस्तक, भाषण जां गीत सुनण वाला, श्रोता। देखो दर्शक हुंदा देखण वाला, ते वक्ता हुंदा बोलण वाला। जिसने भाषण बोलना हुंदा है उन्हों असी वक्ता कहने हैं। जिन्हां शब्दों तो किसी काम के होने की जानकारी मिले उन्हां नूं की कहते हैं? किरिया। उसकी पग का रंग लाल है वाक विच विशेषण शब्द की चोण करो, लाल। बच्चे खेडते हैं वाक विच सहायक क्रिया की पछाण करो, हन। हन की है? एक सहायक क्रिया। खेडना इहदे विच मेन क्रिया होगी, प्लेइंग। अंत शब्द का विरोधी शब्द चुनो, चुरू। हेठ लिखे शब्दों विचों विशेषण शब्द की चोण करो। विशेषण की है? मोटा। किसी नूं असी मोटा कहने हैं, पतला कहने हैं, उसकी विशेषता होगी। नैक्सट आई अपने को हेठ लिखे शब्दों का मिलान करो, बेगाना, अपना, डरपोक, बहादुर, अन्ना, सुजाखा, सखना, भरिया, वसना, उजड़ना। हेठ लिखे वाकंशा की वरतों करके अखाणा नूं पूरा करो, ईद पिछों,
ਤੁੰਬਾ ਪੁੱਕਣਾ, ਇੱਕ ਅਨਾਰ ਸੌ ਬਿਮਾਰ, ਉਲਟੀ ਵਾਟ ਖੇਤ ਨੂੰ ਖਾਏ। ਈਦ ਪਿੱਛੋਂ ਤੁੰਬਾ ਫੁੱਕਣਾ, ਇੱਕ ਅਨਾਰ ਸੌ ਬਿਮਾਰ, ਉਲਟੀ ਵਾੜ ਖੇਤ ਨੂੰ ਖਾਏ। ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ, ਸੱਦੀ ਨਾ ਬੁਲਾਈ ਮੈਂ ਲੜੇ ਦੀ ਤਾਈ। ਨੈਕਸਟ, ਹੇਠ ਲਿਖੇ ਵਾਕਾਂ ਨੂੰ ਧਿਆਨ ਨਾਲ ਪੜ੍ਹੋ, ਵਿਸ਼ੇਸ਼ਣ ਸ਼ਬਦਾਂ ਹੇਠ ਲਕੀਰ ਲਗਾਓ। ਮੇਰਾ ਕੁੜਤਾ ਨੀਲੇ ਰੰਗ ਦਾ ਹੈ, ਨੀਲਾ ਵਿਸ਼ੇਸ਼ਤਾ ਹੈ ਜੀ ਇਹ 'ਚ। ਉਸ ਕੋਲ 50 ਰੁਪਏ ਹਨ, 50 ਕੀ ਹੈ ਜੀ, ਇਹ ਸੰਖਿਆ ਵਾਚਕ ਵਿਸ਼ੇਸ਼ਣ ਹੈ। ਇਹ ਮੈਂ ਤੁਹਾਡੀ ਨੌਲੇਜ ਲਈ ਦੱਸ ਰਿਹਾ। ਨੀਲਾ ਕੀ ਸੀਗਾ, ਇਹਦੇ ਵਿੱਚ ਗੁਣਵਾਚਕ ਵਿਸ਼ੇਸ਼ਣ ਸੀਗਾ। ਉਹ ਸਾਡਾ ਘਰ ਹੈ, ਇਹਦੇ ਵਿੱਚ ਕੀ ਹੈ, ਉਹ ਯਾਨੀ ਉਹ ਨਿਰਣਾਵਾਚਕ, ਨਿਰਣਾ ਦੇਵਤਾ, ਵੀ ਉਹ ਸਾਡਾ ਘਰ ਹੈ। ਗੀਤਾ ਦਾ ਕੰਮ ਥੋੜਾ ਬਾਕੀ ਹੈ, ਥੋੜਾ ਇਹਦੇ ਵਿੱਚ ਕੀ ਹੈ, ਸੰਖਿਆ ਵਾਚਕ। ਪਤਲਾ ਮੁੰਡਾ ਪੜ੍ਹ ਰਿਹਾ ਹੈ, ਵਿਸ਼ੇਸ਼ਣ ਹੈ ਜੀ ਇਹਦੇ ਚ ਪਤਲਾ। ਕਿਹੜਾ ਜੀ, ਇਹ ਗੁਣਵਾਚਕ, ਗੁਣ ਦੱਸਿਆ ਜਾ ਰਿਹਾ, ਪਤਲਾ ਹੈ ਕਿ ਮੋਟਾ ਹੈ। ਹੇਠ ਲਿਖੇ ਪੁਲਿੰਗ ਸ਼ਬਦਾਂ ਦੇ ਸਹੀ ਇਸਤਰੀ ਲਿੰਗ ਲਿਖੋ, ਬੱਚਾ, ਬੱਚੀ, ਸੱਪ, ਸੱਪਣੀ, ਧੋਬੀ, ਧੋਬਣ, ਕਸ਼ਮੀਰੀ, ਕਸ਼ਮੀਰਨ, ਪੰਜਾਬੀ, ਪੰਜਾਬਣ। ਸਹੀ ਅਤੇ ਗਲਤ ਚੂਸ ਕਰੋ। ਕਰਮ ਦੇ ਆਧਾਰ ਤੇ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ। ਬਿਲਕੁਲ ਸਹੀ ਹੈ ਜੀ, ਅਕਰਮਕ ਕਿਰਿਆ, ਸਕਰਮਕ ਕਿਰਿਆ। ਵਿਸ਼ੇਸ਼ਣ 6 ਪ੍ਰਕਾਰ ਦੇ ਹੁੰਦੇ ਹਨ। ਗਲਤ ਹੈ ਜੀ, ਵਿਸ਼ੇਸ਼ਣ 5 ਪ੍ਰਕਾਰ ਦੇ ਹੁੰਦੇ ਹਨ। ਕਿਹੜੇ ਕਿਹੜੇ? ਗੁਣਵਾਚਕ, ਸੰਖਿਆਵਾਚਕ, ਪਰਿਮਾਣਵਾਚਕ, ਨਿਸ਼ਚੈਵਾਚਕ, ਲਾਸਟ ਵਿੱਚ ਹੁੰਦਾ ਸਾਡੇ ਕੋਲ ਪੜਨਾਮੀ ਵਿਸ਼ੇਸ਼ਣ। ਨੈਕਸਟ ਆ, ਕੁੜੀ ਗਾਉਂਦੀ ਆ ਵਾਕ ਵਿੱਚ ਸਕਰਮਕ ਕਿਰਿਆ ਦੀ ਵਰਤੋਂ ਕੀਤੀ ਗਈ ਹੈ। ਬਿਲਕੁਲ ਗਲਤ ਹੈ ਜੀ, ਇਹਦੇ ਵਿੱਚ ਅਕਰਮਕ ਕਿਰਿਆ ਦੀ ਵਰਤੋਂ ਕੀਤੀ ਗਈ ਹੈ। ਨੈਕਸਟ ਆ ਜੀ ਆਪਣੇ ਕੋਲ, ਅਸਮਾਨ ਤੋਂ ਡਿੱਗੀ ਖਜੂਰ ਉੱਤੇ ਅਟਕੀ। ਇਹ ਬਿਲਕੁਲ ਸਹੀ ਲਿਖਿਆ ਮੁਹਾਵਰਾ। ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ। ਇਹ ਵੀ ਬਿਲਕੁਲ ਸਹੀ ਅਖਾਣ ਹੈ ਜੀ ਇਹ। ਇਹਦਾ ਮਤਲਬ ਕੀ ਹੁੰਦਾ ਹੈ, ਹਰ ਥਾਂ ਚੌਧਰੀ ਬਣਨ ਵਾਲਾ ਆਦਮੀ। ਹੇਠ ਲਿਖਿਆ ਵਿੱਚੋਂ ਕਿਰਿਆ ਸ਼ਬਦ ਚੁਣੋ, ਗਾ, ਨਾ, ਦਾ, ਖਾ, ਪੀ, ਖਾ, ਣਾ, ਦਾ। ਨਿਸ਼ਚੈਵਾਚਕ ਵਿਸ਼ੇਸ਼ਣ ਸ਼ਬਦ ਚੁਣੋ, ਇਹ, ਉਹ। ਇਹ ਫੁੱਲ ਸੋਹਣਾ ਹੈ, ਵਾਕ ਵਿੱਚ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਕੀਤੀ ਗਈ ਹੈ? ਗੁਣਵਾਚਕ। ਮੋਟਾ, ਪਤਲਾ, ਕਾਲਾ ਸ਼ਬਦ ਵਿਆਕਰਣ ਅਨੁਸਾਰ ਕੀ ਹਨ? ਵਿਸ਼ੇਸ਼ਣ। ਹੇਠ ਲਿਖੇ ਸ਼ਬਦਾਂ ਚੋਂ ਕਿਰਿਆ ਸ਼ਬਦ ਚੁਣੋ, ਹੱਸਦੇ, ਖੇਡਦੇ, ਡੈਸ਼, ਦਾਲ ਬਰਾਬਰ, ਅਖਾਣ ਨੂੰ ਪੂਰਾ ਕਰੋ, ਘਰ ਦੀ ਮੁਰਗੀ, ਦਾਲ ਬਰਾਬਰ, ਨਾ ਗਾਂ ਨਾ ਵੱਛੀ, ਨਿੰਦਰ ਆਵੇ ਅੱਛੀ, ਅਖਾਣ ਦਾ ਕੀ ਅਰਥ ਹੈ, ਜਿਸ ਜ਼ਿੰਮੇਵਾਰੀ ਨਾ ਹੋਵੇ। ਸਾਹਮਣੇ ਬ੍ਰੈਕਟ ਦਿੱਤੇ ਸ਼ਬਦਾਂ ਵਿੱਚ ਸ਼ਬਦ ਚੁਣ ਕੇ ਅਖਾਣ ਨੂੰ ਪੂਰਾ ਕਰੋ, ਗਿੱਦੜ, ਡੈਸ਼ ਨਾ ਫੜੇ, ਆਖੇ ਥੂਹ ਕੌੜੀ, ਦਾਖ ਨਾ ਪੜੇ, ਉਦਮ ਲੱਗੇ, ਉਦਮ ਅੱਗੇ ਲਛਮੀ, ਡੈਸ਼ ਅੱਗੇ ਪਾਉਣ, ਹਿੰਮਤ ਅੱਗੇ ਪਾਉਣ, ਹਾਥੀ ਲੰਘ ਗਿਆ, ਪੂਛ ਰਹਿ ਗਈ, ਘਰ ਦਾ ਭੇਦੀ, ਲੰਕਾ ਢਾਏ, ਅਕਲ ਦਾ ਅੰਨਾ ਤੇ ਗੰਢ ਦਾ ਪੂਰਾ। ਨੈਕਸਟ ਹੈ ਜੀ ਨਾਮ, ਜਿਹੜੇ ਸ਼ਬਦ ਕਿਸੇ ਵਿਅਕਤੀ, ਵਸਤੂ, ਸਥਾਨ, ਹਾਲਤ, ਗੁਣ, ਭਾਵ ਆਦਿ ਦਾ ਬੋਧ ਕਰਾਉਣ, ਉਹਨਾਂ ਨੂੰ ਨਾਮ ਕਿਹਾ ਜਾਂਦਾ ਹੈ। ਜਿਵੇਂ ਗੀਤਾ, ਸੋਨਾ, ਜਲੰਧਰ, ਪਹਾੜ, ਖੁਸ਼ੀ ਆਦਿ। ਨਾਂ 5 ਪ੍ਰਕਾਰ ਦੇ ਹਨ, ਆਮ ਨਾਂਵ, ਖਾਸ ਨਾਂਵ, ਵਸਤੂਵਾਚਕ ਨਾਂਵ, ਇਕੱਠਵਾਚਕ ਨਾਂਵ, ਭਾਵਵਾਚਕ ਨਾਂਵ। ਪੜਨਾਂਵ, ਵਿਸ਼ੇਸ਼ਣ ਤੇ ਕਿਰਿਆ ਵਿਸ਼ੇਸ਼ਣ, ਇਹਨਾਂ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ। ਜੇ ਥੋੜ੍ਹੀ ਜਿਹੀ ਉਹਦੀ ਡਿਟੇਲ ਆ, ਉਹ ਤੁਸੀਂ ਆਪਣੀ ਬੁੱਕ 'ਚ ਪੜ੍ਹ ਸਕਦੇ ਹੋ। ਨੈਕਸਟ ਹੈ ਜੀ ਆਪਣੇ ਕੋਲ ਇੰਪੋਰਟੈਂਟ ਮੁਹਾਵਰੇ, ਇਹਦਾ ਤੁਸੀਂ ਸਕਰੀਨਸ਼ੋਟ ਲੈ ਕੇ ਵੀ ਰੱਖ ਸਕਦੇ ਹੋ ਤੇ ਵੀਡੀਓ ਨੂੰ ਇਸ ਤਰ੍ਹਾਂ ਦੇਖ ਕੇ ਵੀ ਯਾਦ ਕਰ ਸਕਦੇ ਹੋ। ਨੈਕਸਟ ਆਪਾਂ ਸਟਾਰਟ ਕਰਦੇ ਹਾਂ ਜੀ ਇੰਪੋਰਟੈਂਟ ਐਸੇ। ਨੈਕਸਟ ਆਪਣੇ ਕੋਲ ਇੰਪੋਰਟੈਂਟ ਅਖਾਣ, ਉਹ ਗਲੀ, ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ। ਇਹ ਅਖਾਣ ਹਰ ਥਾਂ ਮੌਜੂਦ ਰਹਿਣ ਵਾਲੇ ਵਿਅਕਤੀ ਲਈ ਬੋਲਿਆ ਜਾਂਦਾ ਹੈ। ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ। ਇਹ ਅਖਾਣ ਉਸ ਨਿਕੰਮੇ ਆਦਮੀ ਲਈ ਵਰਤਿਆ ਜਾਂਦਾ ਜਿਹੜਾ ਗੱਲਾਂ ਬਹੁਤ ਕਰੇ ਪਰ ਕੋਈ ਕੰਮ ਨਾ ਕਰੇ। ਉਲਟੀ ਵਾੜ ਖੇਤ ਨੂੰ ਖਾਏ, ਇਹ ਅਖਾਣ ਉਸ ਸਮੇਂ ਵਰਤਿਆ ਜਾਂਦਾ ਜਦੋਂ ਹਾਕਮ ਹੀ ਪਰਜਾ ਨੂੰ ਦੁੱਖ ਦੇਣ ਲੱਗ ਪੈਣ। ਅਕਲ ਦਾ ਅੰਨਾ ਤੇ ਗੰਢ ਦਾ ਪੂਰਾ, ਉਹ ਆਦਮੀ ਜਿਹੜਾ ਅਮੀਰ ਹੋਵੇ ਪਰ ਬੇਸਮਝ ਹੋਵੇ। ਇੱਕ ਇੱਕ ਤੇ 2 11, ਇਹ ਅਖਾਣ ਏਕਤਾ ਦੀ ਮਹੱਤਤਾ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇੱਕ ਅਨਾਰ ਸੌ ਬਿਮਾਰ, ਕਿਸੇ ਵਸਤੂ ਦੀ ਮੰਗ ਜ਼ਿਆਦਾ ਤੇ ਵਸਤੂ ਘੱਟ ਹੋਣੀ। ਈਦ ਪਿੱਛੋਂ ਤੰਬਾ ਫੂਕਣਾ, ਲੋੜ ਦੇ ਸਮੇਂ ਤੋਂ ਬਾਅਦ ਵਸਤੂ ਮਿਲਣ ਤੇ ਵਰਤਿਆ ਜਾਂਦਾ ਹੈ। ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ, ਜਦੋਂ ਕੋਈ ਬਿਨਾਂ ਪੁੱਛੇ ਹੀ ਆਪਣੀ ਸਲਾਹ ਦੇਵੇ। ਗਰੀਬਾਂ ਰੱਖੇ ਰੋਜ਼ੇ, ਦਿਨ ਵੱਡੇ ਆਏ, ਜਦੋਂ ਕਿਸੇ ਗਰੀਬ ਦੇ ਕੰਮ ਵਿੱਚ ਵਾਰ ਵਾਰ ਵਿਘਨ ਪਵੇ। ਗਾਂ ਨਾ ਵੱਛੀ ਤੇ ਨਿੰਦਰ ਆਵੇ ਅੱਛੀ, ਜਿਸਦੇ ਸਿਰ ਤੇ ਕੋਈ ਜ਼ਿੰਮੇਵਾਰੀ ਨਾ ਹੋਵੇ। ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ, ਕਸੂਰ ਕਿਸੇ ਹੋਰ ਦਾ ਹੋਵੇ ਤੇ ਗੁੱਸਾ ਕਿਸੇ ਹੋਰ ਤੇ ਆਵੇ। ਦਾਲ ਵਿੱਚ ਕੁਝ ਕਾਲਾ ਹੋਣਾ, ਮਾਮਲੇ ਵਿੱਚ ਕੁਝ ਹੇਰਾ ਫੇਰੀ ਹੋਣ ਦਾ ਸ਼ੱਕ ਹੋਣਾ। ਘਰ ਦੀ ਮੁਰਗੀ, ਦਾਲ ਬਰਾਬਰ, ਘਰ ਦੀ ਚੰਗੀ ਚੀਜ਼ ਨੂੰ ਮਾੜਾ ਸਮਝਣਾ।
ਘਰ ਦਾ ਭੇਤੀ ਲੰਕਾ ਟਾਏ ਭੇਤੀ ਆਦਮੀ ਵਧੇਰੇ ਨੁਕਸਾਨ ਪਹੁੰਚਾਉਂਦਾ ਹੈ। ਨੈਕਸਟ ਚੈਪਟਰਾਂ ਵਿੱਚ ਸਾਡੇ ਕੋਲ ਇੰਪੋਰਟੈਂਟ ਕੁਐਸਚਨ ਨੇ ਜੀ। ਫਸਟ ਕੁਐਸਚਨ ਆਪਣੇ ਕੋਲ, ਸਾਡਾ ਰਾਸ਼ਟਰੀ ਗਾਣ ਕਿਹੜਾ ਹੈ ਤੇ ਇਸਦਾ ਲੇਖਕ ਕੌਣ ਹੈ? ਜਨ ਗਣ ਮਨ ਸਾਡਾ ਰਾਸ਼ਟਰੀ ਗਾਣ ਹੈ, ਲੇਖਕ ਇਸਦਾ ਰਵਿੰਦਰ ਨਾਥ ਟੈਗੋਰ। ਰਵਿੰਦਰ ਨਾਥ ਟੈਗੋਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਉਹਨਾਂ ਦਾ ਬਚਪਨ ਕਿਵੇਂ ਬੀਤਿਆ? ਜਨਮ ਉਹਨਾਂ ਦਾ 7 ਮਈ 1861 ਈਸਵੀ ਨੂੰ ਕੋਲਕਾਤਾ ਵਿਖੇ ਹੋਇਆ। ਆਪ ਦੇ ਪਿਤਾ ਇੱਕ ਵੱਡੇ ਵਪਾਰੀ ਹੋਣ ਕਰਕੇ ਆਪਦਾ ਬਚਪਨ ਰਾਜਕੁਮਾਰਾਂ ਵਾਂਗ ਮਹਿਲਾਂ ਵਰਗੇ ਘਰ ਵਿੱਚ ਬੀਤਿਆ। ਸਭ ਤੋਂ ਪ੍ਰਸਿੱਧ ਰਚਨਾ ਕਿਹੜੀ ਹੈ ਟੈਗੋਰ ਦੀ ਤੇ ਇਸ ਰਚਨਾ ਲਈ ਉਹਨਾਂ ਨੂੰ ਕਿਹੜਾ ਨਾਮ ਕਦੋਂ ਮਿਲਿਆ? ਸਭ ਤੋਂ ਪ੍ਰਸਿੱਧ ਰਚਨਾ ਇਹਨਾਂ ਦੀ ਗੀਤਾਂਜਲੀ। ਇਸ ਰਚਨਾ ਲਈ ਉਹਨਾਂ ਨੂੰ 1913 ਦੇ ਵਿੱਚ ਨੋਬਲ ਪੁਰਸਕਾਰ ਮਿਲਿਆ। ਸ਼ਾਂਤੀ ਨਿਕੇਤਨ ਬਾਰੇ ਕੀ ਜਾਣਦੇ ਹੋ? ਰਵਿੰਦਰ ਨਾਥ ਟੈਗੋਰ ਨੇ ਵਿਦਿਆਰਥੀਆਂ ਨੂੰ ਖੁੱਲ੍ਹੇ ਡੁੱਲੇ ਮਾਹੌਲ ਵਿੱਚ ਪੜ੍ਹਾਉਣ ਲਈ ਸ਼ਾਂਤੀ ਨਿਕੇਤਨ ਨਾਂ ਦੀ ਪਾਠਸ਼ਾਲਾ ਬਣਾਈ। ਇਸ ਵਿੱਚ ਵਿਦਿਆਰਥੀ ਰੁੱਖਾਂ ਹੇਠ ਬੈਠ ਕੇ ਹੀ ਪੜ੍ਹਦੇ ਸਨ। ਇੱਥੇ ਸਾਹਿਤ, ਕਲਾ, ਸੰਗੀਤ, ਚਿੱਤਰਕਾਰੀ ਤੇ ਭਾਰਤੀ ਸੰਗੀਤ ਦੀ ਸਿੱਖਿਆ ਦਿੱਤੀ ਜਾਂਦੀ ਸੀ। ਹੁਣ ਇਹ ਸੰਸਥਾ ਵਿਸ਼ਵ ਭਾਰਤੀ ਨਾਂ ਦੀ ਯੂਨੀਵਰਸਿਟੀ ਬਣ ਗਈ ਹੈ। ਨੈਕਸਟ ਹੈ ਜੀ ਆਪਣੇ ਕੋਲ, ਸਾਇੰਸ ਸਿਟੀ ਕਿੱਥੇ ਸਥਿਤ ਹੈ? ਇਹਦਾ ਕੁੱਲ ਖੇਤਰਫਲ ਕਿੰਨਾ ਹੈ? ਸਾਇੰਸ ਸਿਟੀ ਜਲੰਧਰ ਕਪੂਰਥਲਾ ਸੜਕ ਤੇ ਸਥਿਤ ਹੈ। ਇਸਦਾ ਕੁੱਲ ਖੇਤਰਫਲ 72 ਏਕੜ ਹੈ, 72 ਏਕੜ ਹੈ। ਡਾਇਨਾਸੋਰ ਪਾਰਕ ਵਿੱਚ ਡਾਇਨਾਸੋਰਾਂ ਦੇ ਮਾਡਲ ਆਪਣੀ ਕਹਾਣੀ ਆਪ ਬਿਆਨ ਕਰਦੇ ਹਨ, ਚਰਚਾ ਕਰੋ। ਡਾਇਨਾਸੋਰ ਪਾਰਕ ਵਿੱਚ ਬਣੀ ਝੀਲ ਵਿੱਚ ਬਣੇ ਇੱਕ ਟਾਪੂ ਉੱਤੇ ਲਗਭਗ 44 ਵੱਡ ਅਕਾਰੀ ਡਾਇਨਾਸੋਰਾਂ ਦੇ ਮਾਡਲ ਰੱਖੇ ਗਏ ਹਨ। ਇੱਥੇ ਜਵਾਲਾਮੁਖੀ ਦੇ ਇੱਕ ਵਿਸ਼ੇਸ਼ ਮਾਡਲ ਅੰਦਰ ਡਾਇਨਾਸੋਰ ਹਿਲਦੇ ਜੁਲਦੇ ਵੀ ਦਿਖਾਈ ਦਿੰਦੇ ਹਨ। ਰੂਪਨਗਰ ਸ਼ਹਿਰ ਦਾ ਪਹਿਲਾ ਨਾਂ ਕੀ ਸੀ? ਇਸਦਾ ਵਰਤਮਾਨ ਨਾਂ ਕਦੋਂ ਰੱਖਿਆ ਗਿਆ? ਰੂਪਨਗਰ ਸ਼ਹਿਰ ਦਾ ਪਹਿਲਾ ਨਾਂ ਰੋਪੜ ਸੀ। ਇਸਦਾ ਵਰਤਮਾਨ ਨਾਮ 16 ਨਵੰਬਰ 1976 ਈਸਵੀ ਨੂੰ ਰੱਖਿਆ ਗਿਆ। ਨੈਕਸਟ ਹੈ ਜੀ ਆਪਣੇ ਕੋਲ, ਲੇਖਕ ਨੂੰ 30-35 ਵਰੇ ਪਹਿਲਾਂ ਭੂਆ ਦੀਆਂ ਕਿਹੜੀਆਂ ਗੱਲਾਂ ਯਾਦ ਸਨ? ਲੇਖਕ ਨੂੰ ਯਾਦ ਸੀ ਕਿ 30-35 ਵਰੇ ਪਹਿਲਾਂ ਜਦੋਂ ਉਹ ਅਜੇ ਨਿੱਕਾ ਹੁੰਦਾ ਸੀ ਤਾਂ ਭੂਆ ਉਸਨੂੰ ਉਂਗਲੀ ਲਾ ਕੇ ਪਿਆਰ ਪੁਚਕਾਰ ਕੇ ਸਕੂਲ ਛੱਡਣ ਜਾਂਦੀ ਸੀ ਅਤੇ ਅੱਧੀ ਛੁੱਟੀ ਵੇਲੇ ਉਹ ਉਸ ਲਈ ਮਲਾਈ ਵਾਲੇ ਦੁੱਧ ਦਾ ਕੌਲਾ ਲੈ ਕੇ ਸਕੂਲ ਆਇਆ ਕਰਦੀ ਸੀ। ਨੈਕਸਟ, ਲੇਖਕ ਭੂਆ ਦੇ ਪਿੰਡ ਕਿਉਂ ਗਿਆ? ਲੇਖਕ ਦਾ ਭੂਆ ਨਾਲ ਬਹੁਤ ਪਿਆਰ ਸੀ ਅਤੇ ਭੂਆ ਨੂੰ ਮਿਲਿਆ ਬਹੁਤ ਸਮਾਂ ਬੀਤਣ ਕਾਰਨ ਉਹ ਭੂਆ ਨੂੰ ਮਿਲਣ ਗਿਆ। ਭੂਆ ਲੇਖਕ ਦੇ ਵੱਡੇ ਵਡੇਰਿਆਂ ਵਿੱਚੋਂ ਇੱਕੋ ਇੱਕ ਬਚੀ ਹੋਈ ਪੁਰਾਣੀ ਬੁੱਢੀ ਸੀ। ਭੂਆ ਨੇ ਆਪਣੇ ਭਤੀਜੇ ਲਈ ਮੋਹ ਕਿਵੇਂ ਪ੍ਰਗਟ ਕੀਤਾ? ਲੇਖਕ ਨੂੰ ਪਹਿਚਾਣਦਿਆਂ ਹੀ ਸਾਰੀ ਦੀ ਸਾਰੀ ਭੂਆ ਉਸਦੇ ਦੁਆਲੇ ਲਿਪਟ ਗਈ। ਚੁੰਮ ਚੁੰਮ ਕੇ ਉਸਨੇ ਉਸਦਾ ਮੂੰਹ ਗਿੱਲਾ ਕਰ ਛੱਡਿਆ ਤੇ ਸਾਰਿਆਂ ਨੂੰ ਲੇਖਕ ਬਾਰੇ ਦੱਸਿਆ। ਉਸਨੇ ਕਹਾਣੀਕਾਰ ਦੀ ਨਾਂਹ ਨੁੱਕਰ ਦੀ ਪ੍ਰਵਾਹ ਕੀਤੇ ਬਿਨਾਂ ਉਸਨੂੰ ਪਰੌਂਠਿਆਂ, ਸੇਵੀਆਂ, ਸ਼ੱਕਰ, ਘਿਓ ਦੇ ਦੁੱਧ ਨਾਲ ਰਜਾਉਣਾ ਚਾਹਿਆ। ਨੈਕਸਟ ਹੈ ਜੀ ਆਪਣੇ ਕੋਲ, ਸਿਹਤ ਗੈਲਰੀ ਵਿੱਚ ਕੀ ਕੁਝ ਦੇਖਣ ਯੋਗ ਹੈ? ਸਾਇੰਸ ਸਿਟੀ ਦੀ ਐਕਸਪਲੋਰੀਅਮ ਬਿਲਡਿੰਗ ਦੇ ਵਿੱਚ ਬਣੀ ਸਿਹਤ ਗੈਲਰੀ ਵਿੱਚ 12 ਫੁੱਟ ਉੱਚਾ ਮਨੁੱਖੀ ਦਿਲ ਦਾ ਮਾਡਲ, ਪਾਰਦਰਸ਼ੀ ਮਨੁੱਖ ਥੀਏਟਰ ਅਤੇ ਸੀਟੀ ਸਕੈਨ ਦਾ ਮਾਡਲ ਦੇਖਣ ਯੋਗ ਹਨ। ਨੈਕਸਟ, ਧਿਆਨ ਚੰਦ ਕੌਣ ਸੀ? ਉਸਦੀ ਯਾਦ ਹਰ ਸਾਲ ਕਿਵੇਂ ਮਨਾਈ ਜਾਂਦੀ ਹੈ? ਧਿਆਨ ਚੰਦ ਭਾਰਤ ਦਾ ਵਿਸ਼ਵ ਪੱਧਰੀ ਹਾਕੀ ਖਿਡਾਰੀ ਸੀ। ਉਸਦਾ ਜਨਮ ਦਿਨ 29 ਅਗਸਤ ਸਮੁੱਚੇ ਦੇਸ਼ ਵਿੱਚ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਨੈਕਸਟ, ਧਿਆਨ ਚੰਦ ਦਾ ਬੁੱਤ ਕਿੱਥੇ ਲੱਗਿਆ ਹੋਇਆ? ਇਸ ਬੁੱਤ ਦੀ ਕੀ ਵਿਸ਼ੇਸ਼ਤਾ ਹੈ? ਧਿਆਨ ਚੰਦ ਦਾ ਬੁੱਤ ਵਿਆਨਾ ਵਿੱਚ ਲੱਗਿਆ ਹੋਇਆ। ਇਸ ਬੁੱਤ ਦੇ ਹੱਥ 2 ਨਹੀਂ ਸਗੋਂ 4 ਹਨ ਤੇ ਚੌਹਾਂ ਵਿੱਚ ਹੀ ਹਾਕੀ ਸਟਿੱਕਾਂ ਹਨ। ਨੈਕਸਟ, ਧਿਆਨ ਚੰਦ ਨੂੰ ਹਾਕੀ ਖੇਡਣ ਦਾ ਸ਼ੌਂਕ ਕਿਵੇਂ ਪੈਦਾ ਹੋਇਆ? ਧਿਆਨ ਚੰਦ ਨੂੰ ਹਾਕੀ ਖੇਡਣ ਦਾ ਸ਼ੌਂਕ ਫੌਜ ਵਿੱਚ ਭਰਤੀ ਹੋਣ ਮਗਰੋਂ ਪੈਦਾ ਹੋਇਆ। ਭਾਰਤੀ ਫੌਜ ਵੱਲੋਂ ਕਰਵਾਏ ਟੂਰਨਾਮੈਂਟਾਂ ਵਿੱਚ ਖੇਡਦਾ ਖੇਡਦਾ ਉਹ ਵਿਸ਼ਵ ਪੱਧਰ ਤੇ ਪਹੁੰਚ ਗਿਆ। ਹਾਕੀ ਦੇ ਜਾਦੂਗਰ ਧਿਆਨ ਚੰਦ ਨੂੰ ਕਿਹੜੇ ਕਿਹੜੇ ਸਨਮਾਨ ਪ੍ਰਾਪਤ ਹੋਏ? 1956 ਵਿੱਚ ਧਿਆਨ ਚੰਦ ਨੂੰ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਦਾ ਖਿਤਾਬ ਪ੍ਰਾਪਤ ਹੋਇਆ। 1979 ਵਿੱਚ ਉਸਦੀ ਯਾਦ ਵਿੱਚ ਇੱਕ ਡਾਕ ਟਿਕਟ ਜਾਰੀ ਕੀਤਾ ਗਿਆ। ਦਿੱਲੀ ਵਿੱਚ ਉਸਦੇ ਨਾਂ ਤੇ ਇੱਕ ਵਿਸ਼ਵ ਪ੍ਰਸਿੱਧ ਸਟੇਡੀਅਮ ਬਣਿਆ ਹੈ। ਨੈਕਸਟ, ਲੋਹੜੀ ਦਾ ਤਿਉਹਾਰ ਕਦੋਂ ਤੇ ਕਿਉਂ ਮਨਾਇਆ ਜਾਂਦਾ ਹੈ? ਲੋਹੜੀ ਦਾ ਤਿਉਹਾਰ ਪੰਜਾਬ ਵਿੱਚ ਦੇਸੀ ਮਹੀਨੇ ਪੋਹ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਨਵੇਂ ਜੀ ਦੇ ਜਨਮ ਦੀ ਖੁਸ਼ੀ ਨੂੰ ਸਮਾਜ ਨਾਲ ਸਾਂਝੀ ਕਰਨ ਲਈ ਮਨਾਇਆ ਜਾਂਦਾ ਹੈ। ਨੈਕਸਟ, ਈਸ਼ਰ ਆਏ ਦਲਿੱਦਰ ਜਾਏ ਤੁੱਕ ਤੋਂ ਕੀ ਭਾਵ ਹੈ? ਇਸਦਾ ਭਾਵ ਹੈ ਕਿ ਲੋਹੜੀ ਤੋਂ ਪਹਿਲਾਂ ਸਰਦੀ ਦੀ ਸੁਸਤੀ ਚਲੀ ਜਾਵੇ, ਹਰ ਕੋਈ ਉੱਦਮੀ ਹੋ ਕੇ ਕੰਮ ਕਰੇ ਤੇ ਖੁਸ਼ਹਾਲੀ ਲਿਆਵੇ। ਪਿੰਡਾਂ ਵਿੱਚ ਲੋਹੜੀ ਦਾ ਤਿਉਹਾਰ ਕਿਵੇਂ ਮਨਾਇਆ ਜਾਂਦਾ ਹੈ? ਪਿੰਡਾਂ ਵਿੱਚ ਲੋਹੜੀ ਦੇ ਤਿਉਹਾਰ ਨੂੰ ਸਾਂਝੀ ਥਾਂ ਸੱਤ ਵਿੱਚ ਪਾਥੀਆਂ ਤੇ ਲੱਕੜਾਂ ਦੀ ਲੋਹੜੀ ਬਾਲ ਕੇ ਮਨਾਇਆ ਜਾਂਦਾ ਹੈ। ਇਸਤਰੀਆਂ ਬਲਦੀ ਲੋਹੜੀ ਵਿੱਚ ਤਿਲ ਪਾਉਂਦੀਆਂ ਤੇ ਭੈਣਾਂ ਵੀਰਾਂ ਦੀ ਲੰਮੀ ਉਮਰ ਦੇ ਗੀਤ ਗਾਉਂਦੀਆਂ ਹਨ। ਦੁੱਲਾ ਭੱਟੀ ਦੀ ਕਥਾ ਸੁਣਾਈ ਜਾਂਦੀ ਹੈ। ਗੁੜ ਦੀਆਂ ਭੋਲੀਆਂ ਭੰਨ ਕੇ ਰੋੜੀਆਂ ਬਣਾ ਕੇ ਸ਼ਗਨ ਵਜੋਂ ਵੰਡੀਆਂ ਜਾਂਦੀਆਂ ਹਨ। ਸ਼ਹਿਰਾਂ ਦੀ ਲੋਹੜੀ ਤੇ ਪਿੰਡਾਂ ਦੀ ਲੋਹੜੀ 'ਚ ਕੀ ਅੰਤਰ ਹੈ? ਪਿੰਡਾਂ ਦੀ ਲੋਹੜੀ ਜਿੱਥੇ ਪਿੰਡ ਦੀ ਸਾਂਝੀ ਥਾਂ ਅਰਥਾਤ ਸੱਥ ਵਿੱਚ ਬਾਲੀ ਜਾਂਦੀ ਹੈ, ਉੱਥੇ ਸ਼ਹਿਰਾਂ ਵਿੱਚ ਲੋਹੜੀ ਗਲੀ ਮੁਹੱਲੇ ਜਾਂ ਘਰਾਂ ਦੇ ਵਿਹੜਿਆਂ ਵਿੱਚ ਬਾਲੀ ਜਾਂਦੀ ਹੈ। ਨੈਕਸਟ, ਡਾਕਟਰ ਮਹਿੰਦਰ ਸਿੰਘ ਰੰਧਾਵਾ ਕਿੱਥੋਂ ਦੇ ਜੰਮਪਲ ਸਨ? ਉਹਨਾਂ ਨੇ ਕਿਹੜੀ ਕਿਹੜੀ ਵਿੱਦਿਅਕ ਯੋਗਤਾ ਪ੍ਰਾਪਤ ਕੀਤੀ? ਡਾਕਟਰ ਮਹਿੰਦਰ ਸਿੰਘ ਰੰਧਾਵਾ ਪੰਜਾਬ ਦੇ ਜੰਮਪਲ ਸਨ। ਆਪ ਨੇ ਲਾਹੌਰ ਤੋਂ MA MSc ਤੇ ਲੰਡਨ ਤੋਂ ICS ਦੀ ਪ੍ਰਤੀਯੋਗਤਾ ਪਾਸ ਕੀਤੀ। ਬਨਸਪਤੀ ਵਿਗਿਆਨ ਸੰਬੰਧੀ ਖੋਜ ਕਰਨ ਤੇ ਆਪ ਨੂੰ ਪੰਜਾਬ ਯੂਨੀਵਰਸਿਟੀ ਨੇ ਡਾਕਟਰ ਦੀ ਡਿਗਰੀ ਦਿੱਤੀ। ਨੈਕਸਟ, ਇੱਕ ਅਧਿਕਾਰੀ ਵਜੋਂ ਡਾਕਟਰ ਰੰਧਾਵਾ ਕਿਹੜੇ ਕਿਹੜੇ ਅਹੁਦਿਆਂ ਤੇ ਸੁਸ਼ੋਭਿਤ ਰਹੇ? ਇੱਕ ਅਧਿਕਾਰੀ ਵਜੋਂ ਡਾਕਟਰ ਰੰਧਾਵਾ
ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਤੇ ਪੰਜਾਬ ਵਿੱਚ ਵੱਖ-ਵੱਖ ਅਹੁਦਿਆਂ ਤੇ ਕੰਮ ਕਰਦੇ ਰਹੇ। ਆਪ ਪੰਜਾਬ ਦੇ ਵਿਕਾਸ ਕਮਿਸ਼ਨਰ, ਚੰਡੀਗੜ੍ਹ ਦੇ ਮੁੱਖ ਕਮਿਸ਼ਨਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਵੀ ਰਹੇ। ਸ਼ਿਵ ਸਿੰਘ ਦਾ ਬਚਪਨ ਕਿਵੇਂ ਬੀਤਿਆ? ਸ਼ਿਵ ਸਿੰਘ ਦੇ ਮਾਂ ਬਾਪ ਨੇ ਉਸਨੂੰ ਗੁਰਬਾਣੀ, ਲੋਕ ਕਥਾਵਾਂ ਤੇ ਲੋਕ ਸਾਹਿਤ ਤੋਂ ਜਾਣੂ ਕਰਾਇਆ। ਬਚਪਨ ਤੋਂ ਹੀ ਕੁਦਰਤ ਨਾਲ ਲਗਾਅ ਹੋਣ ਕਰਕੇ ਉਹ ਰੇਤ ਨਾਲ ਘਰ ਉਸਾਰਦਾ, ਚੀਕਣੀ ਮਿੱਟੀ ਨਾਲ ਘੁੱਗੂ ਘੋੜੇ ਬਣਾਉਂਦਾ, ਚੋਹ ਦੇ ਸਰਕੰਡੇ ਨਾਲ ਬਾਲ ਖਿਡੌਣੇ ਬਣਾਉਂਦਾ ਤੇ ਲੱਕੜਾਂ ਨਾਲ ਪਸ਼ੂਆਂ ਤੇ ਜਾਨਵਰਾਂ ਦੇ ਰੂਪ ਘੜਦਾ ਸੀ। ਮਣਾ ਕਿਸ ਨੂੰ ਕਹਿੰਦੇ ਹਨ? ਮਣਾ ਖੇਤਾਂ ਵਿੱਚ ਫਸਲ ਦੀ ਰਾਖੀ ਲਈ ਬਣਾਇਆ ਜਾਂਦਾ ਹੈ। ਖੇਤ ਵਿੱਚ ਚਾਰ ਬੱਲੀਆਂ ਕੱਢ ਕੇ ਉਹਨਾਂ ਉੱਤੇ ਦੋ ਬਾਹੀਆਂ ਰੱਸੀਆਂ ਨਾਲ ਬੰਨ ਕੇ ਉੱਪਰ ਛੋਟਾ ਜਿਹਾ ਮੰਜਾ ਟਿਕਾ ਦਿੱਤਾ ਜਾਂਦਾ ਹੈ। ਛੱਲੀਆਂ ਦੇ ਰਾਖੇ ਕੌਣ ਸਨ? ਉਹ ਫਸਲਾਂ ਦੀ ਰਾਖੀ ਕਿਵੇਂ ਕਰਦੇ ਸਨ? ਕਹਾਣੀਕਾਰ ਅਤੇ ਉਸਦਾ ਤਾਇਆ ਦੋਵੇਂ ਛੱਲੀਆਂ ਦੇ ਰਾਖੇ ਸਨ। ਤਾਇਆ ਮਣੇ ਉੱਪਰ ਬੈਠ ਕੇ ਪੀਪਾ ਖੜਕਾਉਂਦਾ ਤੇ ਕਹਾਣੀਕਾਰ ਉਸਦੇ ਦੱਸੇ ਅਨੁਸਾਰ ਪੰਛੀਆਂ ਨੂੰ ਉਡਾਉਣ ਲਈ ਭੱਜਦਾ। ਤਾਇਆ ਪੰਛੀਆਂ ਨੂੰ ਉਡਾਉਣ ਲਈ ਗੋਪੀਏ ਦੀ ਵਰਤੋਂ ਵੀ ਕਰਦਾ ਸੀ। ਨੈਕਸਟ, ਲੇਖਕ ਨੇ ਰੱਬ ਦੀ ਪੌੜੀ ਕਿਸ ਨੂੰ ਕਿਹਾ ਹੈ ਤੇ ਕਿੱਥੇ ਸਥਿਤ ਹੈ? ਲੇਖਕ ਨੇ ਰੱਬ ਦੀ ਪੌੜੀ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਐਮਪਾਇਰ ਸਟੇਟ ਬਿਲਡਿੰਗ ਨੂੰ ਕਿਹਾ ਹੈ, ਜੋ ਕਿ ਨਿਊਯਾਰਕ ਅਮਰੀਕਾ ਵਿੱਚ ਹੈ। ਐਮਪਾਇਰ ਸਟੇਟ ਬਿਲਡਿੰਗ ਦੇ ਉੱਪਰੋਂ ਆਲੇ ਦੁਆਲੇ ਦਾ ਦ੍ਰਿਸ਼ ਕਿਹੋ ਜਿਹਾ ਦਿਖਾਈ ਦਿੰਦਾ ਹੈ? ਇੱਥੋਂ ਚਮਕਦੇ ਸੂਰਜ ਵਿੱਚ 80 ਮੀਲ ਦੂਰੀ ਤੱਕ ਵੀ ਚੀਜ਼ ਨਜ਼ਰ ਆ ਜਾਂਦੀ ਹੈ। ਇੱਥੋਂ ਆਜ਼ਾਦੀ ਦੀ ਦੇਵੀ ਦੀ ਮੂਰਤੀ ਵੀ ਦਿਖਾਈ ਦਿੰਦੀ ਹੈ। ਆਮ ਦਿਨਾਂ ਵਿੱਚ ਇਸ ਬਿਲਡਿੰਗ ਦੀਆਂ ਸਿਖਰ ਦੀਆਂ ਮੰਜ਼ਲਾਂ ਤੇ ਬੁਰਜੀ ਬੱਦਲਾਂ ਵਿੱਚ ਢੱਕੀਆਂ ਰਹਿੰਦੀਆਂ ਹਨ। ਇਸ ਦੀਆਂ ਖਿੜਕੀਆਂ ਤੋਂ ਹੇਠਲੇ ਬੱਦਲ ਮੀਂਹ ਵਰਾ ਰਹੇ ਹੁੰਦੇ ਹਨ। ਅੰਪਾਇਰ ਸਟੇਟ ਬਿਲਡਿੰਗ ਕਦੋਂ ਬਣਨੀ ਸ਼ੁਰੂ ਹੋਈ ਅਤੇ ਕਿਵੇਂ, ਕਦੋਂ ਤੇ ਕਿੰਨੇ ਸਮੇਂ ਵਿੱਚ ਮੁਕੰਮਲ ਹੋਈ? ਅੰਪਾਇਰ ਸਟੇਟ ਬਿਲਡਿੰਗ 1930 ਵਿੱਚ ਅਮਰੀਕਾ 'ਚ ਬਣਨੀ ਸ਼ੁਰੂ ਹੋਈ ਅਤੇ ਇਮਾਰਤ ਇੱਕ ਹੋਟਲ ਨੂੰ ਢਾਹ ਕੇ ਉਸਦੀ ਥਾਂ 'ਤੇ 2.5 ਸਾਲਾਂ ਵਿੱਚ ਤਿਆਰ ਕੀਤੀ ਗਈ। ਇਸ ਦੀਆਂ ਹਰ ਹਫ਼ਤੇ ਵਿੱਚ 4 ਮੰਜ਼ਿਲਾਂ ਤਿਆਰ ਹੋ ਜਾਂਦੀਆਂ ਹਨ। ਇਸ ਦੀ ਉਸਾਰੀ ਲਈ 60,000 ਟਨ ਫੌਲਾਦ, 8.5 ਮੀਲ ਲੰਮੀਆਂ ਪਾਣੀ ਦੀਆਂ ਨਾਲਾਂ, 3,500 ਮੀਲ ਲੰਮੀ ਟੈਲੀਫੋਨ ਤੇ ਟੈਲੀਗ੍ਰਾਫ ਦੀ ਤਾਰ ਦੀ ਵਰਤੋਂ ਹੋਈ। ਸੋਨੂ ਅਨਸਾਰ ਲਤਾ ਗੁਆਂਢੀਆਂ ਦੇ ਘਰ ਕੀ ਕਰ ਰਹੀ ਸੀ? ਸੋਨੂ ਅਨਸਾਰ ਲਤਾ ਗੁਆਂਢੀਆਂ ਦੇ ਘਰ ਸਵਾਲ ਨਹੀਂ ਸੀ ਕੱਢ ਰਹੀ, ਸਗੋਂ ਬੁੱਲਾਂ ਨੂੰ ਲਾਲ ਸ਼ਾਹੀ ਲਾ ਕੇ, ਪਿੱਛੇ ਜੂੜਾ ਕਰਕੇ, ਦੋ ਚੁੰਨੀਆਂ ਜੋੜ ਕੇ, ਸਾੜੀ ਬਣ ਕੇ, ਭੈਣ ਜੀ ਬਣ ਕੇ ਕੁਰਸੀ ਉੱਤੇ ਬੈਠੀ ਸੀ। ਵਿਹਲੇ ਸਮੇਂ ਵਿੱਚ ਪੰਜਾਬੀ ਆਪਣਾ ਮਨੋਰੰਜਨ ਕਿਵੇਂ ਕਰਦੇ ਹਨ? ਵਿਹਲੇ ਸਮੇਂ ਵਿੱਚ ਪੰਜਾਬਣ ਗਿੱਧਾ ਪਾਉਂਦੀਆਂ ਹਨ, ਗੱਭਰੂ ਵੰਜਲੀਆਂ ਤੇ ਤੁੰਬਾ ਆਦਿ ਵਜਾਉਂਦੇ ਹਨ, ਕੋਈ ਮਿਰਜ਼ਾ ਗਾਉਂਦਾ ਤੇ ਕੋਈ ਵਾਰਿਸ ਸ਼ਾਹ ਦੀ ਹੀਰ। ਪੰਜਾਬ ਕਵਿਤਾ ਵਿੱਚ ਆਏ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਸ਼ਬਦਾਂ ਦੀ ਸੂਚੀ ਬਣਾਓ। ਚੂੜੇ, ਬੀੜੇ, ਮਧਾਣੀ, ਚਾਟੀ ਵਿੱਚ, ਤੁੰਬਦੀ, ਕੱਦਦੀ, ਪੀਂਦੀ, ਛੱਡਦੀ, ਸਿਉਂਦੀ, ਪਰਾਉਂਦੀ, ਵੇਲਾਂ ਬੂਟੇ ਕੱਢਦੀ, ਪਿੱਪਲਾਂ ਦੀ ਛਾਵੇਂ ਪੀਂਗਾ, ਗਿੱਧੇ ਨੂੰ ਲੋੜਾ ਆਉਂਦਾ, ਵੰਜਲੀ, ਤੁੰਬਾ, ਮਿਰਜ਼ਾ, ਹੀਰ ਵਾਰਸ, ਕੂਆਂ ਤੇ ਟਿੱਚ, ਖੇਤਾਂ ਵਿੱਚ ਹਲ ਪਏ ਧੱਸਦੇ, ਪੱਤੇ ਛਾਹ ਵੇਲੇ ਸੁੱਕਦੇ, ਹਾਲੀ ਮਾਖਿਓ ਮਿੱਠੀ ਹੋਲੀ। ਬਾਬਾ ਫਰੀਦ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਉਹਨਾਂ ਦੇ ਮਾਤਾ ਪਿਤਾ ਦਾ ਨਾਂ ਕੀ ਸੀ? ਬਾਬਾ ਫਰੀਦ ਜੀ ਦਾ ਜਨਮ 1173 ਈਸਵੀ ਵਿੱਚ ਮੁਲਤਾਨ ਦੇ ਇੱਕ ਨਿੱਕੇ ਜਿਹੇ ਪਿੰਡ ਕੋਠੀਵਾਲ ਵਿੱਚ ਹੋਇਆ। ਆਪ ਦੇ ਪਿਤਾ ਜੀ ਦਾ ਨਾਂ ਸ਼ੇਖ ਜਮਾਲੂਦੀਨ ਤੇ ਮਾਤਾ ਦਾ ਨਾਂ ਕਰਸੁਮ ਸੀ। ਨੈਕਸਟ, ਬਾਬਾ ਫਰੀਦ ਕਿਸ ਤਰ੍ਹਾਂ ਦਾ ਜੀਵਨ ਬਸਰ ਕਰਦੇ ਸਨ? ਬਾਬਾ ਫਰੀਦ ਸਰਲ, ਸਾਦਾ, ਤਪ, ਤਿਆਗ, ਸਬਰ, ਸੰਤੋਖ ਤੇ ਗਰੀਬੀ ਵਾਲਾ ਜੀਵਨ ਬਤੀਤ ਕਰਦੇ ਸਨ। ਕੱਚਾ ਕੋਠਾ, ਜਵਾਰ ਦੀ ਰੋਟੀ, ਉਬੜੇ ਛੋਲੇ ਤੇ ਸਧਾਰਨ ਕੰਬਲੀ ਉਹਨਾਂ ਦੀ ਕੁੱਲ ਦੌਲਤ ਸੀ। ਨੈਕਸਟ, ਗੰਨੇ ਤੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਬਣਦੀਆਂ ਹਨ? ਗੰਨੇ ਤੋਂ ਗੁੜ ਤੇ ਸ਼ੱਕਰ ਬਣਦਾ ਹੈ। ਮੱਝ ਦਾ ਕੱਟਾ ਕਿਹੋ ਜਿਹਾ ਸੀ? ਮੱਝ ਦਾ ਕੱਟਾ 5 ਕਲਿਆਣਾ ਸੀ। ਉਸਦਾ ਰੰਗ ਸ਼ਾਹ ਕਾਲਾ ਸੀ, ਪਰ ਉਸਦੇ ਖੁਰਾਂ ਵੱਲੋਂ ਲੱਤਾਂ ਦਾ ਕੁੱਝ ਹਿੱਸਾ ਤੇ ਪੂੰਛ ਦਾ ਕੁੱਝ ਹਿੱਸਾ ਚਿੱਟਾ ਸੀ ਤੇ ਮੱਥੇ ਵਿੱਚ ਚਿੱਟਾ ਫੁੱਲ ਵੀ ਸੀ। ਲੇਖਕ ਦਲੀਪੇ ਕੋਲੋਂ ਗੱਗੂ ਨੂੰ ਕਿਸ ਤਰ੍ਹਾਂ ਲੈ ਆਈ? ਜਦੋਂ ਲੇਖਕ ਗੱਗੂ ਦੇ ਕੋਲ ਖੜਾ ਸੀ ਤੇ ਦਲੀਪਾ ਉਸਦੇ ਸੋਟੀਆਂ ਮਾਰ ਕੇ ਉਸਨੂੰ ਤੋਰਨ ਦੀ ਅਸਫਲ ਕੋਸ਼ਿਸ਼ ਕਰ ਰਿਹਾ ਸੀ। ਇਹ ਦੇਖ ਕੇ ਲੇਖਕ ਨੇ ਗੰਗੂ ਦੇ ਕੰਨ ਵਿੱਚ ਉਸਨੂੰ ਘਰ ਚੜ੍ਹਨ ਲਈ ਕਿਹਾ। ਇਹ ਸੁਣਦਿਆਂ ਹੀ ਉਹ ਰੇਹੜੀ ਸਮੇਤ ਲੇਖਕ ਦੇ ਘਰ ਵੱਲ ਚੱਲ ਪਿਆ। ਦਲੀਪਾ ਛਾਲ ਮਾਰ ਕੇ ਉਤਰ ਗਿਆ ਤੇ ਲੇਖਕ ਗੱਗੂ ਨੂੰ ਲੈ ਆਇਆ। ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਹੈ? ਕੁਛ ਸਤਰਾਂ ਲਿਖੋ। ਸੁਖਮਣੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ। ਸਰਲ ਢੰਗ ਨਾਲ ਨਾਮ ਸਿਮਰਨ, ਸੰਤ ਭਗਤ, ਬ੍ਰਹਮ ਗਿਆਨੀ ਤੇ ਜੀਵਨ ਯੁਕਤ ਆਦਿ ਸੰਬੰਧੀ ਵਿਚਾਰ ਪੇਸ਼ ਕੀਤੇ ਗਏ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕੰਮ ਕਿਸ ਨੇ ਕੀਤਾ ਤੇ ਕਾਰਜ ਕਦੋਂ ਸੰਪੂਰਨ ਹੋਇਆ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕੰਮ ਗੁਰੂ ਅਰਜਨ ਦੇਵ ਜੀ ਨੇ ਕੀਤਾ ਤੇ ਕਾਰਜ 1604 ਈਸਵੀ ਵਿੱਚ ਸੰਪੂਰਨ ਹੋਇਆ। ਹਰਿਮੰਦਰ ਸਾਹਿਬ ਦੀ ਨੀਂਹ ਕਿਸ ਤੋਂ ਤੇ ਕਦੋਂ ਰਖਵਾਈ ਗਈ? ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਤੋਂ 1588 ਈਸਵੀ ਦੇ ਵਿੱਚ ਰਖਵਾਈ ਗਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਕਿਹੜੇ ਭਗਤਾਂ ਦੀ ਬਾਣੀ ਹੈ? ਕਿਸੇ 5 ਦੇ ਨਾਮ ਲਿਖੋ। ਭਗਤ ਕਬੀਰ, ਭਗਤ ਰਾਮਾਨੰਦ ਜੀ, ਭਗਤ ਬੇਣੀ, ਭਗਤ ਨਾਮਦੇਵ ਜੀ ਤੇ ਭਗਤ ਸਾਧਨਾ ਜੀ। ਚੰਡੀਗੜ੍ਹ ਨੂੰ ਡਾਕਟਰ ਰੰਧਾਵਾ ਦੇ ਕੀ ਦੇਣ ਹੈ? ਡਾਕਟਰ ਰੰਧਾਵਾ ਨੇ ਚੰਡੀਗੜ੍ਹ ਦੇ ਰੋਜ਼ ਗਾਰਡਨ ਵਿੱਚ 1,000 ਤੋਂ ਵੱਧ ਗੁਲਾਬ ਦੇ ਫੁੱਲਾਂ ਦੀਆਂ ਵਣਗੀਆਂ
ਅਤੇ ਸੜਕਾਂ ਦੇ ਦੋਹੇ ਪਾਸੇ ਲਾਉਣ ਲਈ ਦਰਖਤ ਦੂਰੋਂ ਦੂਰੋਂ ਮੰਗਵਾਏ ਸਨ। ਨੈਕਸਟ ਹੈ ਜੀ ਆਪਣੇ ਕੋਲ, ਪੰਜਾਬ ਕੌਰ ਨੇ ਘਰ ਛੱਡਣ ਦਾ ਫੈਸਲਾ ਕਿਉਂ ਕਰ ਲਿਆ ਸੀ? ਤਾਂ ਆਂਸਰ ਹੈ ਜੀ ਇਸਦਾ, ਜਦੋਂ ਉਸਦੇ ਦਰਵਾਜ਼ੇ ਅੱਗੇ ਬੰਬ ਡਿੱਗਿਆ ਤਾਂ ਉਹ ਡਰ ਗਈ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਉਸਨੇ ਘਰ ਛੱਡ ਕੇ ਜਾਣ ਦਾ ਫੈਸਲਾ ਕਰ ਲਿਆ। ਦੂਜਾ, ਉਸਦਾ ਮੁਹੱਲਾ ਵੀ ਸਾਰਾ ਖਾਲੀ ਹੋ ਗਿਆ ਜਿਸ ਕਾਰਨ ਉਸਨੇ ਘਰ ਛੱਡਣ ਦੀ ਪੱਕੀ ਧਾਰ ਲਈ। ਫਸਟ ਹੈ ਜੀ ਆਪਣੇ ਕੋਲ ਰੁੱਖਾਂ ਦੇ ਲਾਭ। ਦੇਖੋ ਮੈਂ ਤੁਹਾਨੂੰ ਇਹ ਬੋਲ ਕੇ ਸੁਣਾ ਦਿੰਦਾ, ਤੁਸੀਂ ਜਦੋਂ ਵੀ ਇਗਜ਼ਾਮ ਦੇ ਵਿੱਚ ਪੇਪਰ ਦੇਣ ਜਾਣਾ ਤਾਂ ਤੁਸੀਂ ਵੀਡੀਓ ਨੂੰ ਚਲਾ ਕੇ ਰੱਖ ਲਓ। ਜਿੰਨੇ ਵੀ ਲੇਖ ਨੇ ਮੈਂ ਤੁਹਾਨੂੰ ਇੱਥੇ ਨਾਲ ਦੀ ਨਾਲ ਕੰਟੀਨਿਊਸਲੀ ਬੋਲ ਦਿੰਦਾ ਤੇ ਤੁਸੀਂ ਚਲਾ ਕੇ ਰੱਖ ਲਿਓ, ਤਾਂ ਤੁਹਾਨੂੰ ਜਦੋਂ ਪੇਪਰ ਤਾਂ ਤੁਸੀਂ ਜਦੋਂ ਇਗਜ਼ਾਮ ਦੇਣ ਲਈ ਜਾਓਗੇ ਤਾਂ ਉਸ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਚਲਾ ਕੇ ਵੀਡੀਓ ਨੂੰ ਰੱਖ ਲਿਓ ਤੇ ਤੁਸੀਂ ਜਦ ਸੁਣੀ ਜਾਓਗੇ ਤਾਂ ਫਿਰ ਤੁਹਾਨੂੰ ਨਾਲ ਦੀ ਨਾਲ ਯਾਦ ਹੋ ਜਾਣਾ। ਫਸਟ ਹੈ ਜੀ ਸਾਡੇ ਕੋਲ, ਰੁੱਖ ਸਾਡੇ ਵਾਤਾਵਰਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਰੁੱਖ ਕੁਦਰਤ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਸੀਂ ਰੁੱਖਾਂ ਤੋਂ ਲੱਕੜ, ਫਲ, ਫੁੱਲ, ਅਨਾਜ, ਦਵਾਈਆਂ ਅਤੇ ਹੋਰ ਬਹੁਤ ਸਾਰੀਆਂ ਉਪਯੋਗੀ ਚੀਜ਼ਾਂ ਪ੍ਰਾਪਤ ਕਰਦੇ ਹਾਂ। ਰੁੱਖ ਵਾਤਾਵਰਣ ਨੂੰ ਸ਼ੁੱਧ ਕਰਨ ਵਿੱਚ ਸਹਾਈ ਹੁੰਦੇ ਹਨ। ਰੁੱਖ ਮਿੱਟੀ ਦੇ ਬਹਾਵ ਨੂੰ ਰੋਕਦੇ ਹਨ ਅਤੇ ਜ਼ਮੀਨ ਨੂੰ ਉਪਜਾਊ ਬਣਾਉਂਦੇ ਹਨ। ਰੁੱਖ ਧਰਤੀ ਦੇ ਤਾਪਮਾਨ ਨੂੰ ਵਧਣ ਤੋਂ ਰੋਕਣ ਵਿੱਚ ਸਹਾਈ ਹੁੰਦੇ ਹਨ। ਪੰਛੀਆਂ ਅਤੇ ਜਾਨਵਰਾਂ ਦੋਵਾਂ ਦੇ ਘਰ ਰੁੱਖਾਂ ਹੇਠਾਂ ਹਨ। ਰੁੱਖਾਂ ਅਤੇ ਪੌਦਿਆਂ ਤੋਂ ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨਾਲ ਕਈ ਗੰਭੀਰ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਧਰਤੀ ਤੇ ਵਰਖਾ ਕਰਾਉਣ ਵਿੱਚ ਰੁੱਖ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਰੁੱਖਾਂ ਦੀ ਇੰਨੀ ਮਹੱਤਤਾ ਹੋਣ ਦੇ ਬਾਵਜੂਦ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਅੰਨੇਵਾਹ ਰੁੱਖਾਂ ਦੀ ਕਟਾਈ ਕਰ ਰਹੇ ਹਨ ਜੋ ਕਿ ਸਰਾਸਰ ਗਲਤ ਹੈ। ਨੈਕਸਟ ਆਪਣੇ ਕੋਲ ਮੇਰਾ ਅਧਿਆਪਕ। ਮੇਰੇ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ। ਮੈਂ 7ਵੀਂ ਸ਼੍ਰੇਣੀ ਦਾ ਵਿਦਿਆਰਥੀ ਹਾਂ। ਮੇਰੇ ਸਕੂਲ ਦੇ ਸਾਰੇ ਅਧਿਆਪਕ ਬੜੇ ਸੁਹਿਰਦ, ਮਿਹਨਤੀ, ਸੂਝਵਾਨ ਅਤੇ ਲਾਇਕ ਹਨ। ਮੈਂ ਸਾਰਿਆਂ ਦਾ ਬਹੁਤ ਸਤਿਕਾਰ ਕਰਦਾ ਹਾਂ, ਪਰ ਫਿਰ ਵੀ ਮੈਨੂੰ ਮੇਰੇ ਪੰਜਾਬੀ ਦੇ ਅਧਿਆਪਕ ਬੜੇ ਚੰਗੇ ਲੱਗਦੇ ਹਨ। ਉਹ ਅਨੁਸ਼ਾਸਨ ਦੇ ਬੜੇ ਪੱਕੇ ਹਨ। ਸਮੇਂ ਤੋਂ ਪਹਿਲਾਂ ਸਕੂਲ ਵਿੱਚ ਆ ਜਾਂਦੇ ਹਨ। ਉਹ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਚੰਗੀਆਂ ਗੱਲਾਂ ਦੱਸਦੇ ਹਨ। ਉਹਨਾਂ ਦਾ ਸੁਭਾਅ ਬੜਾ ਨਰਮ ਹੈ। ਉਹ ਸਾਰੇ ਵਿਦਿਆਰਥੀਆਂ ਦੀ ਹਰ ਤਰ੍ਹਾਂ ਨਾਲ ਮਦਦ ਕਰਦੇ ਹਨ। ਉਹ ਦੂਜਿਆਂ ਨੂੰ ਵੀ ਇਸੇ ਤਰ੍ਹਾਂ ਕਰਨ ਦੀ ਪ੍ਰੇਰਣਾ ਦਿੰਦੇ ਹਨ। ਉਹ ਆਪਣੇ ਵਿਸ਼ੇ ਦੇ ਮਾਹਰ ਅਧਿਆਪਕ ਹਨ। ਉਹਨਾਂ ਦੇ ਪੜ੍ਹਾਉਣ ਦਾ ਢੰਗ ਬਹੁਤ ਸਰਲ ਹੈ। ਉਹ ਬੜੇ ਪਿਆਰ ਨਾਲ ਸਾਨੂੰ ਸਮਝਾਉਂਦੇ ਹਨ। ਉਹਨਾਂ ਦਾ ਗਿਆਨ ਭੰਡਾਰ ਬਹੁਤ ਵਿਸ਼ਾਲ ਹੈ। ਉਹ ਵਿਦਿਆਰਥੀਆਂ ਦੇ ਪੜ੍ਹਨ ਲਈ ਲਾਇਬ੍ਰੇਰੀ ਵਿੱਚ ਬਹੁਤ ਸਾਰੀਆਂ ਨਵੀਆਂ ਕਿਤਾਬਾਂ ਅਤੇ ਰਸਾਲੇ ਲੈ ਕੇ ਆਉਂਦੇ ਹਨ। ਉਹਨਾਂ ਦੀ ਲਿਖਾਈ ਬਹੁਤ ਸੁੰਦਰ ਹੈ। ਉਹ ਸੋਹਣਾ ਲਿਖਣ ਵਾਲੇ ਨੂੰ ਬਹੁਤ ਪਿਆਰ ਕਰਦੇ ਹਨ। ਮੈਨੂੰ ਵੀ ਹੁਣ ਪੰਜਾਬੀ ਭਾਸ਼ਾ ਨਾਲ ਬਹੁਤ ਮੋਹ ਹੋ ਗਿਆ ਹੈ। ਉਹ ਬੜੇ ਇਮਾਨਦਾਰ ਅਤੇ ਗੈਰਤਮੰਦ ਹਨ। ਉਹ ਬੜੇ ਆਦਰਸ਼ਵਾਦੀ ਹਨ। ਉਹ ਕਹਿਣੀ ਤੇ ਕਥਨੀ ਦੇ ਪੂਰੇ ਹਨ। ਉਹਨਾਂ ਦਾ ਮੇਰੇ ਮਨ ਤੇ ਡੂੰਘਾ ਪ੍ਰਭਾਵ ਹੈ। ਸਾਰਾ ਸਕੂਲ ਅਤੇ ਇਲਾਕਾ ਉਹਨਾਂ ਦੀ ਇੱਜ਼ਤ ਕਰਦਾ ਹੈ। ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਵੀ ਵੱਡਾ ਹੋ ਕੇ ਉਹਨਾਂ ਵਾਂਗ ਇੱਕ ਮਿਹਨਤੀ ਅਤੇ ਚੰਗਾ ਅਧਿਆਪਕ ਬਣਾ। ਨੈਕਸਟ ਹੈ ਜੀ ਲੋਹੜੀ। ਭਾਰਤ ਵਿੱਚ ਕਈ ਤਿਉਹਾਰ ਮਨਾਏ ਜਾਂਦੇ ਹਨ। ਲੋਹੜੀ ਪੰਜਾਬੀਆਂ ਦਾ ਮੁੱਖ ਤਿਉਹਾਰ ਹੈ। ਇਹ ਪੰਜਾਬ ਦੀ ਖੁਸ਼ੀਆਂ ਭਰਾ ਤਿਉਹਾਰ ਹੈ। ਇਹ ਜਨਵਰੀ ਦੇ ਮਹੀਨੇ ਮਾਘੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਪਰੰਪਰਾ ਬਹੁਤ ਪੁਰਾਣੀ ਹੈ। ਇਸ ਤਿਉਹਾਰ ਨਾਲ ਕਈ ਕਥਾਵਾਂ ਜੁੜੀਆਂ ਹੋਈਆਂ ਹਨ। ਇਸ ਤਿਉਹਾਰ ਨਾਲ ਇੱਕ ਲੋਕ ਕਥਾ ਸੰਬੰਧਿਤ ਹੈ। ਇਸ ਦਿਨ ਡਾਕੂ ਦੁੱਲੇ ਭੱਟੀ ਨੇ ਇੱਕ ਗਰੀਬ ਬ੍ਰਾਹਮਣ ਦੀਆਂ ਧੀਆਂ ਸੁੰਦਰੀ ਤੇ ਮੁੰਦਰੀ ਦਾ ਵਿਆਹ ਆਪਣੇ ਹੱਥੀਂ ਕਰਵਾ ਕੇ ਉਹਨਾਂ ਨੂੰ ਦੁਸ਼ਟ ਹਾਕਮ ਦੇ ਚੰਗੁਲ ਤੋਂ ਬਚਾਇਆ ਸੀ। ਇਸ ਘਟਨਾ ਦੀ ਯਾਦ ਵਿੱਚ ਇਹ ਤਿਉਹਾਰ ਅੱਗ ਬਾਲ ਮਨਾਇਆ ਜਾਣ ਲੱਗਾ। ਅੱਜ ਵੀ ਬੱਚੇ ਲੋਹੜੀ ਮੰਗਦੇ ਹੋਏ ਇਹ ਗੀਤ ਗਾਉਂਦੇ ਹਨ, ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਭੱਟੀ ਵਾਲਾ। ਇਸ ਤਿਉਹਾਰ ਦਾ ਸੰਬੰਧ ਪੁਰਾਣਿਕ ਕਥਾ ਸਤੀ ਦਹਿਨ ਨਾਲ ਵੀ ਜੋੜਿਆ ਜਾਂਦਾ ਹੈ। ਇੱਕ ਕਥਾ ਇਹ ਵੀ ਹੈ ਕਿ ਇਸ ਦਿਨ ਲੋਹੜੀ ਦੇਵੀ ਨੇ ਅਤਿਆਚਾਰੀ ਰਾਕਸ਼ ਨੂੰ ਮਾਰਿਆ ਸੀ। ਲੋਹੜੀ ਸ਼ਬਦ ਦਾ ਮੂਲ ਤਿਲ ਪਲੱਸ ਰੋੜੀ ਹੈ ਜੋ ਸਮਾਂ ਪਾ ਕੇ ਤਿਲੋੜੀ ਤੇ ਫਿਰ ਲੋਹੜੀ ਬਣਿਆ। ਇਸ ਤਿਉਹਾਰ ਦਾ ਸੰਬੰਧ ਸਰਦੀ ਰੁੱਤ ਨਾਲ ਵੀ ਹੈ। ਸਰਦੀ ਦੀ ਰੁੱਤ ਪੂਰੇ ਜ਼ੋਰਾਂ ਤੇ ਹੁੰਦੀ ਹੈ। ਕਹਿੰਦੇ ਹਨ ਕਿ ਇਸ ਸਮੇਂ ਧੂਣੀਆਂ ਬਾਲ ਕੇ ਪਾਲੇ ਨੂੰ ਸਾੜਿਆ ਜਾਂਦਾ ਹੈ। ਸੱਚਮੁੱਚ ਹੀ ਇਸ ਤੋਂ ਬਾਅਦ ਪਾਲਾ ਘਟਣਾ ਸ਼ੁਰੂ ਹੋ ਜਾਂਦਾ ਹੈ। ਜਿਸ ਘਰ ਵਿੱਚ ਮੁੰਡਾ ਜੰਮਿਆ ਹੋਵੇ ਉਸ ਘਰ ਵਿੱਚ ਵਿਸ਼ੇਸ਼ ਰੌਣਕਾਂ ਹੁੰਦੀਆਂ ਹਨ। ਸਾਰੇ ਮੁਹੱਲੇ ਵਿੱਚ ਲੋਹੜੀ ਵੰਡੀ ਜਾਂਦੀ ਹੈ ਜਿਸ ਵਿੱਚ ਮੂੰਗਫਲੀ, ਰਿਓੜੀਆਂ, ਗੱਚਕ, ਮੱਕੀ ਦੇ ਭੰਨੇ ਹੋਏ ਦਾਣੇ ਹੁੰਦੇ ਹਨ। ਲੋਹੜੀ ਮੰਗਣ ਵਾਲੇ ਮੁੰਡੇ ਕੁੜੀਆਂ ਲੋਹੜੀ ਮੰਗਦੇ ਹਨ। ਖੁੱਲ੍ਹੇ ਵਿਹੜੇ ਵਿੱਚ ਲੱਕੜਾਂ ਅਤੇ ਪਾਥੀਆਂ ਇਕੱਠੀਆਂ ਕਰਕੇ ਵੱਡੀ ਧੂਣੀ ਬਾਲੀ ਜਾਂਦੀ ਹੈ। ਰਿਸ਼ਤੇਦਾਰ ਅਤੇ ਮੁਹੱਲੇ ਵਾਲੇ ਦੇਰ ਰਾਤ ਤੱਕ ਧੂਣੀ ਸੇਕਦੇ ਰਹਿੰਦੇ ਹਨ। ਕਈ ਘਰਾਂ ਵਿੱਚ ਗੀਤ ਸੰਗੀਤ ਦਾ ਪ੍ਰੋਗਰਾਮ ਕੀਤਾ ਜਾਂਦਾ ਹੈ। ਮੁੰਡੇ ਭੰਗੜੇ ਪਾਉਂਦੇ ਹਨ। ਅੱਧੀ ਰਾਤ ਤੱਕ ਧੂਣੀ ਦੀ ਅੱਗ ਦੇ ਠੰਡੀ ਪੈਣ ਤੱਕ ਇਹ ਮਹਿਫਿਲ
लगी रहिंदी है। नेक्स्ट है जी विसाखी। विसाखी हिंदुआं ते सिखां दे प्रमुख त्योहारां विचों इक है। ये गर्मी की पहली फसल ज्यादातर कणक की कटाई के निशान वजो मनाया जाता है। यह हर साल अप्रैल महीने विच मनाया जाता है। गुरु गोबिंद सिंह जी द्वारा 1699 विच खालसे पंथ की स्थापना विसाखी मना के की गई। यह खुशी का त्यौहार है जो लोगों नूं इकट्ठे करता है, उन्होंने एक सुरता नाल बनता है। त्यौहार रवायती गिद्धा अते भंगड़ा भारत के लोग नाच पेश करके मनाया जाता है। इस खास त्यौहार की खिच का केंद्र अक्सर कुश्ती के मुकाबले अते मुकाबले होंदे हन। यह एक शुभ दिन है अते सिख कौम का पंजा खालसियां दी अगवाई विच एक यह एक शुभ दिन है अते सिख कौम का पंजा खालसियां दी अगवाई विच एक नगर कीर्तन कटिया जाता है जिस विच लोग गुरु ग्रंथ साहिब जी नूं पालकी विच बिठाउंदे हन अते मत्था टेकदे हन। विसाखी दे त्यौहार दे मौके ते लोग जलियांवाला बाग दुखांत के शहीदों नूं श्रद्धांजलि भी भेट करते हैं। अमृतसर के हरिमंदर साहब नूं इस विशेष दिन से शानदार रंगा नाल सजाया जाता है। नैक्सट है जी गुरु नानक देव जी। गुरु नानक देव जी सिखां दे पहले गुरु हैं। आप का जन्म 1469 ईस्वी नूं तलवंडी साबो पाकिस्तान विच होया। आप जी के पिता का नाम मेहता कालू और माता का नाम तृप्ता देवी सी। बचपन विच ही आप जी का ध्यान रब की भगती विच लग गया सी। आप जी नूं पढ़न लई पांधे कोल भेजिया गया पर दुनियावी ज्ञान देण वाले पंडित जी अते मौलवी जी भी आप नूं पढ़ा ना सके। आप नूं मज्जां चारण दा काम दित्ता गया तां मज्जां खेतां चर गईयां। शिकायत होण ते राय साहब हाकम ने जदों वेख्या तां खेत पहलां नालों भी वध हरे भरे सन। एक बार पिता जी ने 20 रुपए दे के कोई खरा सौदा करन लई कहा तां आप उन्हां पैसियां दा भुखे साधुआं नूं भोजन छका आए। पिंड दा हाकम राय बुलार अते आप दी वड्डी भैण नानकी जी आप नूं रब रूप समझदे सन। आप ने सुल्तानपुर विच मोदीखाने दी नौकरी कीती ते गरीबां दी खूब मदद कीती। इत्थों ही आप रब्बी संदेश देण लई पहली उदासी यात्रा ते गए। आप ने 4 उदासियां कीतियां। आप ने गरीब भाई लालो वर्गियां दा साथ दित्ता ते अमीर मलक भागो दा भोजन प्रवाना कीता। मरदाने ने आप नाल 4 उदासियां विच साथ दित्ता। 1547 ईस्वी विच आप ज्योति जोत समा गए। ज्योति जोत समाण तो पहला आपने गुरगद्दी उत्ते गुरु अंगद देव जी नूं बिठा दिता। आपने नाम जपण किरत करन अते वंड के छकण की सिक्ख्या दिती। नैक्सट फिर बिने पत्तर ने जी अपने कोल फीस माफ करवाण लई बिने पत्तर। सनीमर बेनती है कि मैं आप जी दे स्कूल विच 7वीं जमात की विद्यार्थन हाँ। मेरे पिता जी एक छोटे दुकानदार हैं, उन्हां दी आमदन बहुत थोड़ी है। मेरे 2 वड्डे भैण भरा भी कॉलेज विच पढ़ते हैं। पिता जी साडे 3 भैण भरावां दी पढ़ाई का खर्चा पूरा नहीं कर सकते जिस कारण वह मेरी पढ़ाई बंद करना चाहते हैं। मैनू पढ़ाई का बहुत शौक है, मैं हर साल अपनी जमात विच पहले नंबर ते आउंदी हाँ। कृपा करके मेरी फीस माफ कर दिती जावे। मैं आप जी की अति धनवादी होवांगी। आप जी की आज्ञाकारी अगे तुसी नाम ते रोल नंबर लिख सकदे। नैक्सट अपने को स्कूल दे मुख अध्यापक तो मैच देखण जाण दी इजाजत लैण संबंधी बिने पत्र। बेनती है कि साडे स्कूल दी हाकी दी टीम जिला पद्धर ते मैच खेडण लई सरकारी सीनियर सैकेंडरी स्कूल रूपनगर विखे जा रही है। हाकी मेरी मनपसंद खेड है। मैं आप जी कोलों कल मीती 18-19 नूं होण वाले मैच नूं देखण जाण दी आग्या चाहुंदा हां। मैनूं उम्मीद है कि तुसी मैनूं निराश नहीं करोगे। मैं आप जी दा अति धन्नवादी ਹੋਵਾਂਗਾ। ਨੈਕਸਟ ਹੈ ਜੀ ਆਪਣੇ ਕੋਲ ਤੁਹਾਡਾ ਭਰਾ ਖੇਡਾਂ ਵਿੱਚ ਬਹੁਤ ਦਿਲਚਸਪੀ ਰੱਖਦਾ ਹੈ ਪਰ ਪੜ੍ਹਾਈ ਵਿੱਚ ਨਹੀਂ। ਉਸਨੂੰ ਇੱਕ ਚਿੱਠੀ ਰਾਹੀਂ ਪੜ੍ਹਾਈ ਕਰਨ ਦੀ ਪ੍ਰੇਰਣਾ ਦਿਓ ਤਾਂ ਇੱਥੇ ਤੁਸੀਂ ਐਡਰੈਸ ਲਿਖ ਕੇ ਇੱਥੇ ਕੋਈ ਵੀ ਨਾਮ ਲਿਖ ਸਕਦੇ ਹੋ। ਮੈਨੂੰ ਅੱਜ ਹੀ ਮਾਤਾ ਜੀ ਦੀ ਚਿੱਠੀ ਮਿਲੀ ਜਿਸ ਵਿੱਚ ਮੈਂ ਉਹਨਾਂ ਨੇ ਮੈਨੂੰ ਲਿਖਿਆ ਹੈ ਕਿ ਤੂੰ ਹਰ ਵੇਲੇ ਖੇਡਾਂ ਵਿੱਚ ਹੀ ਮਸਤ ਰਹਿੰਦਾ ਹੈ ਤੇ ਪੜ੍ਹਾਈ ਵੱਲ ਬਿਲਕੁਲ ਧਿਆਨ ਨਹੀਂ ਦਿੰਦਾ ਜਿਸ ਕਰਕੇ ਤੂੰ ਆਪਣੇ ਇਮਤਿਹਾਨਾਂ ਵਿੱਚ ਸਾਰੇ ਮਜ਼ਮੂਨਾਂ ਵਿੱਚ ਸਾਰੇ ਵਿਸ਼ਿਆਂ ਵਿੱਚੋਂ ਫੇਲ ਹੋ ਗਿਆ ਹੈ। ਮੈਨੂੰ ਤੇਰੀ ਪੜ੍ਹਾਈ ਵੱਲੋਂ ਇਸ ਲਾਪਰਵਾਹੀ ਨੂੰ ਜਾਣ ਕੇ ਬਹੁਤ ਦੁੱਖ ਹੋਇਆ। ਤੈਨੂੰ ਪਤਾ ਹੈ ਕਿ ਤੇਰਾ ਇਮਤਿਹਾਨ ਤੇਰੇ ਸਿਰ ਤੇ ਆ ਗਿਆ ਹੈ। ਤੈਨੂੰ ਹੁਣ ਖੇਡਾਂ ਵਿੱਚ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ। ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਖੇਡਾਂ ਦੀ ਵਿਦਿਆਰਥੀ ਜੀਵਨ ਵਿੱਚ ਬਹੁਤ ਮਹਾਨਤਾ ਹੈ, ਪਰ ਇਹ ਖੇਡਾਂ ਤਾਸ਼ ਜਾਂ ਵੀਡੀਓ ਗੇਮਾਂ ਨਹੀਂ ਬਲਕਿ ਹਾਕੀ, ਫੁੱਟਬਾਲ, ਵਾਲੀਬਾਲ ਜਾਂ ਕਬੱਡੀ ਆਦਿ ਹਨ। ਜੇਕਰ ਤੇਰਾ ਦਿਲ ਚਾਹੇ ਤਾਂ ਤੂੰ ਇਹਨਾਂ ਖੇਡਾਂ ਵਿੱਚੋਂ ਕਿਸੇ ਇੱਕ ਵਿੱਚ ਹਰ ਰੋਜ਼ ਘੰਟਾ ਡੇਢ ਘੰਟਾ ਭਾਗ ਲੈ ਸਕਦਾ ਹੈ। ਇਸ ਨਾਲ ਤੇਰੇ ਕਿਤਾਬੀ ਪੜ੍ਹਾਈ ਨਾਲ ਥੱਕੇ ਦਿਮਾਗ ਨੂੰ ਤਾਜ਼ਗੀ ਮਿਲੇਗੀ। ਤੈਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਵਿਦਿਆਰਥੀ ਨੂੰ ਆਪਣੀ ਪੜ੍ਹਾਈ ਦਾ ਨੁਕਸਾਨ ਕਰਨ ਵਾਲਾ ਕੋਈ ਕੰਮ ਨਹੀਂ ਕਰਨਾ ਚਾਹੀਦਾ। ਤੈਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਖੇਡਾਂ ਸਾਡੇ ਜੀਵਨ ਲਈ ਹਨ, ਨਾ ਕਿ ਜੀਵਨ ਖੇਡਾਂ ਲਈ। ਇਸ ਲਈ ਤੈਨੂੰ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਤੇ ਖੇਡਣ ਲਈ ਉਸ ਸਮੇਂ ਹੀ ਜੀਣਾ ਚਾਹੀਦਾ ਹੈ ਜਦੋਂ ਤੇਰਾ ਦਿਮਾਗ ਪੜ੍ਹ ਪੜ੍ਹ ਕੇ ਥੱਕ ਚੁੱਕਾ ਹੋਵੇ। ਇਸ ਨਾਲ ਤੇਰੀ ਸਿਹਤ ਵੀ ਠੀਕ ਰਹੇਗੀ ਤੇ ਤੇਰੀ ਪੜ੍ਹਾਈ ਵੀ
ठीक तरह चलती रहेगी। लास्ट विच लिख देना जी, आस है कि तू मेरिया प्रोक्त नसीहतां नूं ध्यान च रखेगा ते अगो मैनू माता जी वालों तेरे विरुद्ध कोई शिकायत नहीं मिलेगी। नैक्सट है जी अपने को स्कूल छड्डन दा सर्टिफिकेट लैण लई अर्जी। सेवा विखे मुख अध्यापक जी, स्कूल दा नाम लिख के पटियाला श्रीमान जी, तुसीं इत्थे कोई भी जगह दा नाम लिख सकदे हो। बेनती है कि मेरे पिता जी दी बदली जलंधर हो गई है, हुण सानू सारे परिवार नूं जलंधर जाणा पवेगा, मैं कल्ला इत्थे रह नहीं सकदा, कृपा करके मैनूं स्कूल छड्डन दा सर्टिफिकेट दित्ता जावे तां जो मैं समय सिर दाखला लैके अपनी पढ़ाई जारी रख सकां ते आप दी बहुत मेहरबानी होएगी, धन्नवाद साहिब आप जी दा आग्याकारी विद्यार्थी। नैक्सट है जी असीं स्कूल तों जिद्दां सर्टिफिकेट कढवाउणा है सेम उसे तरीके नाल सेवा विखे मुख अध्यापक। बेनती है कि मैं आप जी दे स्कूल विचों फर्स्ट डिवीजन लै के प्रीख्या पास कीती है, मैं इस स्कूल विच पिछले 5 सालां तों पढ़ रहा, पढ़ाई विच खास रुचि होण करके मैं हाई स्कूल दी प्रीख्या विच सारे जिले विचों पहले नंबर ते आया सी। मैं क्रिकेट दी जूनियर टीम दा कप्तान रहा हाँ, मैं 6वीं जमात तों 10वीं जमात तक जमात दा मोनीटर भी रहा। बेनती है कि मेरिया पिछलियां सारियां सेवावां नूं मुख रख के आचरण सर्टिफिकेट दित्ता जाए, मैं आप जी का धन्नवादी होवांगा।